ਕਹਿੰਦੇ ਨੇ ਜ਼ਰੂਰੀ ਨਹੀਂ ਆਦਮੀ ਜਗਤ ਵਿੱਚ ਆਇਆ ਤੇ ਇਹਦੇ ਹੱਥ ਚੱਲਦੇ ਨੇ, ਅਸੀਂ ਜਨਮ ਲਿਆ, ਪੈਰ ਚੱਲਦੇ ਨੇ, ਅੱਖਾਂ ਵਿੰਦੀਆਂ ਨੇ, ਕੰਨ ਸੁਣਦੇ ਨੇ, ਰਸਨਾ ਨਾਲ ਬੋਲੀ ਦਾ ਹੈ, ਬੜਾ ਕੁਝ ਸਰੀਰ ਵਿੱਚ ਹੈ, ਸਾਰਾ ਕੁਝ ਚੱਲਦਾ, ਪਰ ਜ਼ਰੂਰੀ ਨਹੀਂ ਬੰਦੇ ਦੀ ਬੁੱਧੀ ਵੀ ਜਾਗੀ ਹੋਵੇ, ਸਾਰਿਆਂ ਦੀ ਨਹੀਂ ਜਾਗੀ, ਬੜੇ ਘੱਟ ਲੋਕ ਨੇ। ਤੇ ਕਲਗੀਧਰ ਪਾਤਸ਼ਾਹ ਉਸ ਮਨੁੱਖ ਨੂੰ ਧੰਨ ਕਹਿੰਦੇ ਨੇ ਜਿਹੜੀ ਇੱਥੋਂ ਬੁੱਧੀ ਜਾਗਦੀ ਨੇ। ਇੱਕ ਸ਼ਬਦ ਉਹਨਾਂ ਦਾ ਸਾਂਝਾ ਕਰਾਂ, ਹਜ਼ੂਰ ਕਹਿੰਦੇ ਨੇ ਧੰਨ ਦਿਓ ਤੇ ਹੋ ਜਗ ਮੈਂ, ਉਹ ਮਨੁੱਖ ਧੰਤਾ ਦੇ ਯੋਗ ਹੈ, ਮੁੱਖ ਤੇ ਹਰ ਜਿਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੈ, ਚਿੱਤ ਮੈਂ ਯੁੱਧ ਵਿਚਾਰੈ, ਯੁੱਧ ਦਾ ਅਰਥ ਹੈ ਸੰਘਰਸ਼, ਜਿਹੜਾ ਆਪਣੇ ਚਿੱਤ ਦੇ ਵਿੱਚ ਬਾਹਰੀ ਤੌਰ ਤੇ ਵੀ ਸੰਘਰਸ਼ ਕਰਦਾ ਤੇ ਅੰਦਰੂਨੀ ਤੌਰ ਤੇ, ਅੰਦਰੂਨੀ ਤੌਰ ਤੇ ਬੁਰਿਆਈਆਂ ਨਾਲ ਝਗੜਦਾ ਹੈ ਤੇ ਬਾਹਰਲੀ ਤੌਰ ਤੇ ਵੀ ਝੂਠ ਨਾਲ ਝਗੜਦਾ ਹੈ। ਇਹਦੇ ਤੋਂ ਅੱਗੇ ਬਚਨ ਕੀਤੇ ਦੇਹ ਅਨਿੱਤ, ਇਹ ਕੰਮ ਆਦਮੀ ਕਿਉਂ ਕਰੇਗਾ? ਜਿੰਨਾ ਚਿਰ ਬੰਦੇ ਨੂੰ ਇਉਂ ਪ੍ਰਤੀਤ ਹੁੰਦਾ ਰਿਹਾ ਵੀ ਮੇਰਾ ਆ ਸਰੀਰਕ ਜੀਵਨ ਸਦੀਵ ਕਰ ਲਈਏ, ਉਹ ਧਰਮ ਦੀ ਦੁਨੀਆ ਵਿੱਚ ਇੱਕ ਕਦਮ ਵੀ ਅੱਗੇ ਨਹੀਂ ਤੁਰ ਸਕਦਾ, ਸਭ ਤੋਂ ਪਹਿਲਾਂ ਇਹ ਮੰਨਣਾ ਪੈ। ਇੱਥੇ ਆਉਣ ਵਾਲਿਆਂ ਨੂੰ ਕਿਹਾ ਵੀ ਇਹ ਗਿਆ, ਇੱਥੋਂ ਦੀ ਪਹਿਲੀ ਫੀਸ ਇਹ ਹੈ, ਇੱਥੋਂ ਦੀ ਐਡਮਿਸ਼ਨ, ਇੱਥੋਂ ਦਾ ਦਰਵਾਜ਼ਾ ਹੀ ਇੱਥੋਂ ਖੁੱਲਦਾ ਨਹੀਂ ਤੇ ਦਰਵਾਜ਼ਾ ਬੰਦ ਰਹਿੰਦਾ ਸਾਰੇ। ਜ਼ਰੂਰੀ ਨਹੀਂ ਸਰੀਰ ਕਰਕੇ ਅਸੀਂ ਆ ਗਏ ਤੇ ਅਸੀਂ ਆ ਗਏ, ਇਹ ਕੋਈ ਜ਼ਰੂਰੀ ਨਹੀਂ। ਇੱਥੇ ਇੱਕ ਕਦਮ ਵੀ ਬੰਦਾ ਨਹੀਂ ਤੁਰੇਗਾ ਜਿੰਨਾ ਚਿਰ ਇਸ ਢਾਂਚੇ ਨੂੰ, ਇਸ ਸਰੀਰ ਨੂੰ ਤੇ ਸਰੀਰ ਦੇ ਨਾਲ ਸੰਬੰਧਿਤ ਜਿੰਨੀ ਪ੍ਰਾਪਰਟੀ ਹੈ ਇਹਨੂੰ ਜਿੰਨਾ ਚਿਰ ਮਨੁੱਖ ਇਹ ਸਮਝਦਾ ਵੀ ਇਹ ਸਦਾ ਵਾਸਤੇ ਮੇਰੇ ਕੋਲ ਰਹਿਣੀ ਹੈ, ਉਹਨਾਂ ਚਿਰ ਧਰਮ ਦਾ ਇੱਕ ਅੱਖਰ ਵੀ ਉਹਨੂੰ ਸਮਝ ਵਿੱਚ ਨਹੀਂ ਆਇਆ, ਪਹਿਲਾਂ ਮੰਨਣਾ ਪਏਗਾ ਵੀ ਆਹ ਮੇਰਾ ਨਹੀਂ, ਤਾਂ ਪਤਾ ਲੱਗੇਗਾ ਮੇਰਾ ਹੈ ਕੀ। ਆਹ ਦੋ ਹੀ ਚੀਜ਼ਾਂ ਸੱਚੇ ਪਾਤਸ਼ਾਹ ਬਾਣੀ ਵਿੱਚ ਦੋ ਚੀਜ਼ਾਂ ਕਹਿੰਦੇ ਨੇ। ਤੁਸੀਂ ਆਮ ਤੌਰ ਤੇ ਕਈ ਬੰਦਿਆਂ ਦੇ ਉੱਤੇ ਲੇਬਰ ਲਾ ਦਿੰਦੇ ਹੋ ਵੀ ਫਲਾਣਾ ਬੰਦਾ ਬਹੁਤ ਗਿਆਨਵਾਨ, ਅਸੀਂ ਲਾਇਆ ਇਸ ਬੰਦੇ ਨੇ ਇੰਨੀਆਂ ਕਿਤਾਬਾਂ ਲਿਖ ਦਿੱਤੀਆਂ, ਚੰਗੀ ਗੱਲ ਹੈ, ਉਹਦੇ ਕੋਲ ਬੜੀ ਨੌਲੇਜ ਹੈ, ਦੋ ਦੋ ਘੰਟੇ ਲਗਾਤਾਰ ਬੋਲਦਾ ਤੇ ਲਫ਼ਜ਼ ਟੁੱਟਣ ਨਹੀਂ ਦਿੰਦਾ, ਬੜਾ ਗਿਆਨ ਹੈ। ਫਿਰ ਉਹਨਾਂ ਦੀ ਰੀਲਸ ਅਸੀਂ ਵੀ ਕਰ ਰਹੇ ਹਾਂ ਵੀ ਅਸੀਂ ਵੀ ਚਾਰ ਅੱਖਰ ਪੜ੍ਹ ਕੇ ਯਾਦ ਕਰੀਏ, ਜਮ੍ਹਾਂ ਕਰੀਏ, ਫਿਰ ਰਾਜਾਂਦਿਆਂ ਨੂੰ ਮੋੜ ਤੇ ਡੱਕ ਕੇ ਕਹੀਦਾ ਵੀ ਇਸ ਗੱਲ ਦੇ ਅਰਥ ਕੀ ਨੇ, ਮੈਨੂੰ ਦੱਸੋ। ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਨੂੰ ਪਤਾ ਨਹੀਂ, ਉਹਦਾ ਮਤਲਬ ਹੁੰਦਾ ਵੀ ਮੈਨੂੰ ਪਤਾ, ਹੁਣ ਤੂੰ ਮੇਰੇ ਤੋਂ ਪੁੱਛ, ਮੈਂ ਤੈਨੂੰ ਦੱਸ। ਇਹ ਇੱਕ ਪਛੜਿਆ ਹੋਇਆ ਗਿਆਨ ਹੈ, ਪਰ ਗਿਆਨ ਹੈ ਕੀ ਉਹਦੇ ਸਹੀ ਅਰਥ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ। ਗਿਆਨਵਾਨ ਅਸੀਂ ਪੜ੍ਹੇ ਹੋਏ ਨੂੰ ਕਿਹਾ, ਪਰ ਗੁਰੂ ਗ੍ਰੰਥ ਸਾਹਿਬ ਦੀ ਗਿਆਨਵਾਨ ਕਿਸੇ ਹੋਰ ਨੂੰ ਕਹਿੰਦੇ। ਸੱਚੇ ਪਾਤਸ਼ਾਹ ਨੇ ਕਿਹਾ ਗਿਆਨਵਾਨ ਉਹ ਹੈ ਜਿਹਨੂੰ ਪਤਾ ਲੱਗ ਗਿਆ ਵੀ ਇੱਥੇ ਮੇਰਾ ਕੀ ਹੈ ਤੇ ਮੇਰਾ ਕੀ ਨਹੀਂ, ਉਹ ਗਿਆਨ। ਬਸ ਦੋ ਗੱਲਾਂ ਦਿੱਤੀ ਜੀ, ਗੱਲ ਕੋਈ ਇਹ ਪਤਾ ਲੱਗ ਜਾਏ ਮੇਰਾ ਕੀ ਹੈ, ਤੇ ਜਦੋਂ ਪਤਾ ਲੱਗੇਗਾ ਮੇਰਾ ਜੋ ਕੁਝ ਹੈ ਮੈਂ ਉਹਨੂੰ ਇਕੱਠਾ ਕਰਾਂਗਾ, ਜੋ ਮੇਰਾ ਨਿੱਜੀ ਤੌਰ ਤੇ ਹੈ ਆਦਮੀ ਉਹਨੂੰ ਇਕੱਠਾ ਕਰੇਗਾ, ਤੇ ਜੋ ਪਤਾ ਲੱਗੇਗਾ ਮੇਰਾ ਨਹੀਂ ਉਹਦੇ ਵਾਸਤੇ ਦਿਨ ਰਾਤ ਮਰੇਗਾ ਨਹੀਂ, ਭੱਜੇਗਾ ਨਹੀਂ। ਦੋ ਚੀਜ਼ਾਂ ਇੱਥੋਂ ਇਉਂ ਕਹਿ ਲਵੋ, ਪਹਿਲੀ ਜਮਾਤ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਪਹਿਲੀ ਜਮਾਤ ਸ਼ੁਰੂ ਹੁੰਦੀ। ਅਸੀਂ ਕਹਿੰਦੇ ਹਾਂ ਦੱਸੋ ਕੋਈ ਗੱਲ ਕਿਹੜੀ, ਸਿੱਖੀ ਸ਼ੁਰੂ ਕਿੱਥੋਂ ਹੁੰਦੀ, ਇੱਥੋਂ ਹੁੰਦੀ ਸ਼ੁਰੂ ਸੀ। ਸਭ ਤੋਂ ਪਹਿਲਾਂ ਇਹ ਸਮਝ ਲੈਣਾ ਮੇਰਾ ਇੱਥੇ ਕੀ ਨਹੀਂ ਤੇ ਮੇਰਾ ਇੱਥੇ ਕੀ ਹੈ। ਮੈਂ ਦੋਵਾਂ ਗੱਲਾਂ ਤੇ 10 ਮਿੰਟ ਬੇਨਤੀ ਕਰਾਂਗਾ ਤਾਂ ਕਿ ਕੁਝ ਨਾ ਕੁਝ ਪਕੜ ਆ ਜਾਏ ਵੀ ਆਪਾਂ ਕੀ ਕਰਨਾ, ਸਮਝ ਆ ਜਾਏ, ਸਾਨੂੰ ਪਤਾ ਲੱਗ ਜਾਏ ਪਾਠ ਕਰਨ ਦੇ ਕੀ ਅਰਥ ਨੇ, ਲੰਗਰ ਲਾਉਣ ਦੇ ਕੀ ਅਰਥ ਨੇ, ਕੀਰਤਨ ਕਰਾਉਣ ਦੇ, ਕਥਾ ਦੇ, ਕਿਤਾਬਾਂ ਪੜ੍ਹਨ ਦੇ, ਲਾਇਬ੍ਰੇਰੀ, ਇੰਨੀਆਂ ਵੱਡੀਆਂ ਬਿਲਡਿੰਗਾਂ, ਮੀਡੀਆ ਹੈ, ਲਾਈਵ ਚੱਲਦਾ, ਇਹਦੇ ਕੀ ਅਰਥ ਨੇ? ਇਹ ਕੋਈ ਬਿਜ਼ਨਸ ਤਾਂ ਨਹੀਂ, ਇਹ ਤੇ ਕੋਈ ਜ਼ਿੰਦਗੀ ਦੀ ਲੋੜ ਤਾਂ ਜ਼ਰੂਰਤ ਹੈ। ਤੇ ਉਹਦਾ ਪਤਾ ਸਭ ਤੋਂ ਪਹਿਲਾਂ ਇਹ ਦੋ ਗੱਲਾਂ ਦਾ ਲੱਗੇਗਾ ਜਿਹਦੇ ਉੱਤੇ ਮੈਂ ਆਪ ਦੀ 10 ਮਿੰਟ ਬੇਨਤੀ ਕਰਨੀ। ਸਭ ਤੋਂ ਪਹਿਲਾਂ ਇਹ ਵੇਖਣਾ ਪਏਗਾ ਇੱਥੇ ਮੇਰਾ ਕੀ ਹੈ ਜੋ ਮੇਰੇ ਨਾਲ ਰਹਿ ਸਕਦਾ, ਜੋ ਮੇਰਾ ਸੰਗੀ ਸਾਥੀ ਹੈ, ਜੋ ਮੇਰੇ ਤੋਂ ਕੋਈ ਵੀ ਨਹੀਂ ਖੋ ਸਕਦਾ।
दुनिया की जिनी वड्डी मर्जी ताकत आ जाए वो चीज खोई नहीं जा सकती। औरंगजेब का भरा सी दारा शिकोह, ते दारा शिकोह का सुभा धर्मी सी। औरंगजेब का सुभा तुसी जानते ही, दारा शिकोह बीमार पै गया ते उहदी बीमारी की दवाई कित्यों ना मिली। पता लगा कि सतवें गुरु गुरु अग्रह साहब कीरतपुर साहब विच ने उन्होंने दवाखाने के कुछ ऐसिया चीजा ने जिन्हों की वरतों करके उसका हकीम कहता मैं तेन आरोग कर सकना। दारा शिकोह गया उत्थे आदमी भेजे दवाई मंगाई। एक हाथी के मथे चो निकल वाला मोती से एक वड्डी हरड़ एक वड्डा लौंग ये तीन चीजा गुरु साहब तो मिलिया लिया के दवाई बनाई। औरंगजेब का भरा दारा शिकोह तंदुरुस्त हो गया। जो तंदुरुस्ती मिली कुदरती तौर पर मन में शौक जागया भी गुरु साहब के दीदार कर दर्शन कर तुर के गया। कीरतपुर साहब पहुंचा तो सतगुरु ने वेख्या भी ये बड़े प्यार वाला एदा मस्तक जेड़ा चमकदा बंदगी वाला आदमी। हजूर ने सत्कार दिता, उन्हें भी दात मंगी केड़ी जेड़ी सदा कोल बंदे दे रही, नहीं तो मंगते तो असं बड़ा कुछ असि गलती ये कर लेने गुरुद्वारे में आके कि जेड़ी चीज ये कह सकते हैं कि गुरु ग्रंथ साहब जी गुजरान करना मैं वास्ते चीजा चाहिए कोई रुकावट नहीं गुरमत भी मेरी लोड़ है मेरे शरीर को तंदुरुस्ती चाहिए है मेरा गुजारा चलना चाहिए मैं कुली कुली जुली की जरूरत है आ दो ये तो ठीक है। पर जो सिख गुरुद्वारे आंदे ही इन तिना चीजा वास्ते है उस सिख वास्ते एक गुरुद्वारा नहीं उस सिख वास्ते मार्केट इतने गुरुद्वारा नहीं है उसके वास्ते बाजार है व्यापार करना है कुछ चढ़ाना है कुछ लेना है पर यह नहीं पता लगा कि की लेना से। मंग वो लिया जिदी जरूरत नहीं सी लोड़ तो वध लोड़ तो ज्यादा। मैं एक दिन विचार करते विचार कर रहा कि तुसी भगत धन्ना जी ते कबीर जी दे आरती विच कई गुरुद्वारे में शब्द सुनोगे जिदे विच कबीर जी कहिंदे ने अद्धा सिर दाल चाहीदी है पाइया घिओ चाहीदा है थोड़ा जिहा लूण चाहीदा है आ चीजां मिल जांदियां ते हुण उत्ते अर्थ लिखे मैं करदे आ मेरे ख्याल आया कि बणा ये अरदास अज तक आपां ने कदे नहीं कीती भी अद्धा किलो दाल दे थोड़ा जिहा घिओ अपनी अरदास ते बड़ी ही वड्डी हुंदी सानू ते जे जिवें पुराने सिखां नूं गुरु साहिब ने कहा सी ना भाई मंझ नूं गुरु अर्जन देव पातशाह जी खुश होए सेवा कीती सेवा कर करके ते जिद्दन खूह विच डिग पिया तां अमृतसर दे इस पासे ते हजूर ने कढ़िया जदों खूह विचों बाहर ते सच्चे पातशाह कहिंदे वी भाई मंझ बड़े खुश होया तेरी सेवा तों दस तेनूं की चाहीदा ते भाई मंझ जी चुप कीते रहे बोलदे नहीं पिछे अपने वर्गे सिख खड़े सनो कहिंदे वेखो बेचारा इन्ने साल तो थकदा पिया जे अज कम बन लगा तो चुप कर रहे हो ते तूं कह दे कोई संसार दी चीजा मंग ओहदी अवस्था होर है। गुरु अर्जन देव जी ने फिर बांह फड़ के लाया कहिंदे मंझ तू बोलदा नहीं दस तेनू की चाहीदा है। असल विच गुरु साहिब ने देण वास्ते नहीं सी कहा भी संसार दीआं चीजा मंग लैगा ते मैं दिआं ਇਹ ਟੈਸਟ ਕਰਦਾ ਗੁਰੂ ਵੀ ਕੁਝ ਮੰਗਦਾ ਕਿ ਨਹੀਂ ਮੰਗਦਾ ਜੇ ਮੰਗ ਲੈਂਦਾ ਉਦੋਂ ਭਾਈ ਮੰਝ ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਰੱਸਾ ਦੇ ਦੇਣਾ ਸੀ ਜਾਂ ਦੋ ਸਾਲ ਹੋਰ ਸੇਵਾ ਕਰ ਲੈ ਹਜੇ ਤੇਰੇ ਵਿੱਚ ਰੁਕਾਵਟ ਹੈ। ਅਸੀਂ ਕਹਿੰਦੇ ਹਾਂ ਕਿਹਾ ਸੀ ਜੋ ਕੁਝ ਚਾਹੀਦਾ ਨਹੀਂ ਗੁਰੂ ਉਹ ਅਸਲੀਅਤ ਜਿਹੜੀ ਹੈ ਨਾ ਜਿਹੜਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਨਾਮ ਦਾ ਖਜ਼ਾਨਾ ਬੰਦਗੀ ਦਾ ਪ੍ਰੇਮ ਦਾ ਭਗਤੀ ਦਾ ਰਤਨ ਜਵਾਹਰ ਜੋ ਭਰੇ ਪਏ ਨੇ ਬਾਣੀ ਦੇ ਵਿੱਚ ਉਹ ਗੁਰੂ ਉਸ ਤੋਂ ਪਹਿਲਾਂ ਨਹੀਂ ਦਏਗਾ ਜਿੱਦਣ ਸਿੱਖ ਬਿਲਕੁਲ ਅੰਦਰੋਂ ਮੰਗੇਗਾ ਨਹੀਂ ਉਦਣ ਦਏਗਾ ਜਿੱਦਣ ਬਿਲਕੁਲ ਮੰਗਣ ਵੱਟ ਗਿਆ। ਰਾਤ ਵੀ ਮੈਂ ਬੇਨਤੀ ਕੀਤੀ ਸੀ ਇਹਨਾਂ ਦੋ ਲਫ਼ਜ਼ਾਂ ਦੇ ਉੱਤੇ ਸਿੱਖ ਦੀ ਪਰਿਭਾਸ਼ਾ ਇਸ ਗੱਲ ਤੇ ਖੜੀ ਹੈ ਆਹ ਦੋ ਲਫ਼ਜ਼ ਨੇ ਗੁਰਬਾਣੀ ਦੇ ਕਿਹਾ ਕਰਨਾ ਦਿੱਤਾ ਲੈਣਾ ਜੋ ਕੁਝ ਕਿਹਾ ਕਰੀਏ ਜਾਣਾ ਜੋ ਕੁਝ ਕਿਹਾ ਕਰੀਏ ਜਾਣਾ ਤੇ ਤਬਾਦਲੇ ਵਿੱਚ ਮੰਗਣਾ ਕੀ ਹੈ ਕੁਝ ਨਹੀਂ ਜੋ ਤੂੰ ਦਏਗਾ ਉਹ ਲੈ ਲੈਣਾ ਕੋਈ ਸਵਾਲ ਨਹੀਂ ਕੋਈ ਮੰਗ ਨਹੀਂ ਕੋਈ
इतने शर्त नहीं लाई जाएगी भी इना किता कुछ दे ते जो भाई मान जी ने कुछ ना मंगिया सतगुरु ने बांह फड़ के हिलाई ते कहिंदे मंज तू मंगदा नहीं ते भाई मंज हाथ जोड़ के कहिंदे महाराज देर हो गई गुस्ताख ही माफ करना। मैं उस अंदरले मन नूं बड़ी बारी पुछिया भी तेनू कुछ चाहिदा कि नहीं चाहिदा वो इन्ना रज गया तुहाडी बख्शिश दे नाल उहदे विचों कोई मंग ही पैदा नहीं हुंदी। उस वेले सतगुरु ने उह दरवाजे खोल दित्ते सिखी दे दात दे जेड़ी अगम दात है जेड़ी इस जमीन की नहीं जिदे नाल बंदा बादशाह बन जाता जिदे नाल बंदे की चिंता नष्ट हो जाती जिदे नाल इउं कह लवो जिनू गुरु ग्रंथ साहिब जी दे विच बख्शिश कहा गया है वो एक ऐसी चाबी है जिदे नाल जिंदगी दे सारे ताले खुल जाते हैं दुनिया के भी ते दीन दे ते जेड़ियां चाबियां साडे कोल ने गुच्छा तो बड़ा वड्डा है ताला एक भी नहीं खुलिया जाता सारी उम्र होगी बंदे बहुत वड्डा गुच्छा है साडे कोल चाबियां दा मतलब विचारां दा ते अजे होर चाबियां खरीदी जांदे आ नवीं नवीं विचारां नवें नवें ज्ञान नवें नवें असीं दुनिया विचों सिख रहे हां होर झूठ सिख लईए होर झूठ सिख लईए पर उहदे नाल कोई ताला नहीं खुलदा। सच्चे पातशाह कहिंदे इहने इहदियां चाबियां क्यों चुकी फिरना है आ तैनूं इक्को ही चाबी देना सारे ताले खोल दे उह कहिड़ी है सभे थोक प्राप्त जे आवै एक हाथ जो तू अपने सेंटर नाल जुड़ गया अंदर जो तू अपने केंद्र नाल जुड़ गया तू बादशाह बन जाएगा जिदे नाल तू टुटा होया बाहरों जो मर्जी इकट्ठा कर तू सारी उम्र भिखारी ही रहना तू रहेगा नहीं तेनू कदी रजेवा नहीं मिलेगा। इस करके भाई मंझ ने कहा महाराज हुण तां कुछ नहीं चाहिए सतगुरु ने एक दृष्टि मारी ब्रह्म ज्ञान दे नाल परिपूर्ण कर दिता भर दिता जी ਇਹ ਹੈ ਕਸਵੱਟੀ ਗੁਰੂ ਦੀ ਕਿ ਕਦੋਂ ਅਸੀਂ ਕੁਝ ਨਹੀਂ ਮੰਗਦੇ ਤੇ ਮੈਂ ਬੇਨਤੀ ਕਰ ਰਿਹਾ ਸਿੱਖ ਦੀ ਪਰਿਭਾਸ਼ਾ ਇਹਨਾਂ ਦੋ ਲਫ਼ਜ਼ਾਂ ਤੇ ਖੜੀ ਹੈ ਕਿਹਾ ਕਰਨਾ ਜੋ ਕੁਝ ਕਿਹਾ ਉਹਨੂੰ ਕਰੀ ਜਾਣਾ ਜੋ ਕੁਝ ਕਿਹਾ ਉਹਨੂੰ ਕਰੀ ਜਾਣਾ ਪਰਤ ਕੇ ਇਹ ਨਹੀਂ ਪੁੱਛਣਾ ਵੀ ਕਿਉਂ ਕਰਨਾ ਉਹਨੂੰ ਮੁਰੀਦ ਕਿਹਾ ਹੈ ਬਾਣੀ ਵਿੱਚ ਉਹਨੂੰ ਆਸ਼ਕ ਕਿਹਾ ਹੈ ਆਸਾ ਦੀ ਬਾਤ ਤੁਸੀਂ ਸੁਣੋ ਉਹਨੂੰ ਕਿਹਾ ਮਰ ਦੀਵੜਾ ਕਰੀਏ ਜਾਣਾ ਹੈ ਜੋ ਸਤਿਗੁਰੂ ਨੇ ਕਿਹਾ ਉਹਨੂੰ ਕਰਨਾ ਕਰਨਾ ਕਿਉਂ ਕਰਨਾ ਇਹ ਪੁੱਛਣਾ ਨਹੀਂ ਪਰਖਦੇ ਤੇ ਦੂਜੀ ਗੱਲ ਇੰਨਾ ਕਰ ਕਰਕੇ ਇੰਨਾ ਕਰ ਕਰਕੇ ਬਾਅਦ ਵਿੱਚ ਜਦੋਂ ਕੁਝ ਕਵੇ ਸਤਿਗੁਰੂ ਵੀ ਦੱਸ ਤੇਰੀ ਕੋਈ ਮੰਗ ਹੈ ਤੇ ਅੱਗੇ ਲਫ਼ਜ਼ ਨੇ ਦਿੱਤਾ ਲੈਣਾ ਜੋ ਕੁਝ ਦੇ ਉਹਨਾਂ ਕੋਲ ਲੈ ਲੈਣਾ ਉਸ ਤੋਂ ਅੱਗੇ ਸਿਰ ਨਹੀਂ ਚੁੱਕਣਾ। ਇਹ ਦੋ ਚੀਜ਼ਾਂ ਨੇ ਭਾਈ ਘਨੱਈਆ ਜੀ ਬਾਰੇ ਤੁਸੀਂ ਸੁਣਦੇ ਹੋ ਵੀ ਉਹਨਾਂ ਦੇ ਕੋਲ ਇੱਕ ਪਾਣੀ ਦਾ ਇੱਕ ਮਸ਼ਕ ਸੀ ਜਿਹਦੇ ਨਾਲ ਸਾਰਿਆਂ ਨੂੰ ਪਿਆਈ ਜਾਂਦੇ ਸੀ ਪਾਣੀ ਉਹਨਾਂ ਦੇ ਪਾਣੀ ਦੇ ਵਿੱਚ ਇੰਨਾ ਆਨੰਦ ਸੀ ਪੀਣ ਵਾਲੇ ਸੁਰਜੀਤ ਹੋ ਗਏ ਪਰ ਉਹ ਪਾਣੀ ਪਤਾ ਕਿੱਥੋਂ ਆਇਆ ਸੀ ਜਦੋਂ ਪਹਿਲੇ ਦਿਨ ਆਏ ਸਨ ਦਸਵੇਂ ਪਾਤਸ਼ਾਹ ਕੋਲ ਨਹੀਂ ਸਨ ਆਏ ਭਾਈ ਜਿਹੜੇ ਭਾਈ ਘਨੱਈਆ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਕੋਲ ਆਏ ਸੀ ਨੌਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਏ ਤੇ ਪਹਿਲੇ ਦਿਨ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਵਿੱਚ ਬੈਠੇ ਨੇ ਤੇ ਹਜ਼ੂਰ ਨੇ ਕੋਲ ਬਿਠਾ ਲਿਆ ਨੇੜੇ ਸੱਦ ਲਿਆ ਨਾਮ ਪੁੱਛਿਆ ਤੇ ਇੱਕ ਸਿੱਖ ਨੂੰ ਕਿਹਾ ਵੀ ਜਾਓ ਇੱਕ ਭਾਂਡਾ ਲਿਆ ਕੇ ਦਿਓ ਭਾਂਡਾ ਫੜਾਇਆ ਕਹਿੰਦੇ ਜਾ ਘਨੱਈਆ ਪਾਣੀ ਭਰ ਕੇ ਲਿਆ ਦਰਿਆ ਅਸੀਂ ਪੈਰ ਧੋਣੇ ਤੇ ਭਾਈ ਘਨੱਈਆ ਜੀ ਭਾਂਡਾ ਲੈ ਕੇ ਜਾ ਰਹੇ ਨੇ ਦਰਿਆ ਤੋਂ ਪਾਣੀ ਭਰਨ ਵਾਸਤੇ ਥੋੜੀ ਜਿਹੀ ਦੂਰ ਪੈਂਦਾ ਤੇ ਨਾਲੇ ਸੋਚਦੇ ਨੇ ਵੀ ਸਤਿਗੁਰੂ ਦੇ ਪੈਰਾਂ ਨੂੰ ਮਿੱਟੀ ਤੇ ਲੱਗੇ ਨੀ ਪਾਣੀ ਕਾਹਦੇ ਵਾਸਤੇ ਮੰਗਾਇਆ ਸੋਚਦੇ ਨੇ ਸ਼ੁਰੂ ਹੋਈ ਗੱਲ ਮਿੱਟੀ ਤੇ ਹੈ ਨਹੀਂ ਪਾਣੀ ਕਾਹਤੋਂ ਮੰਗਾਇਆ ਅਰਥ ਕੱਢਦੇ ਨੇ ਤੇ ਅਰਥਾਂ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਅਰਥਾਂ ਦਾ ਸੰਬੰਧ ਬੁੱਧੀ ਨਾਲ ਹੈ ਕੁਝ ਚੀਜ਼ਾਂ ਨੂੰ ਅਸੀਂ ਸਮਝਣਾ ਹੋਵੇ ਤੇ ਸਾਨੂੰ ਅਰਥ ਪੜ੍ਹਨੇ ਪੈਣਗੇ ਪਰ ਇਹ ਮਤ ਸਮਝਣਾ ਵੀ ਸਾਰੇ ਅਰਥ ਆ ਗਏ ਤੇ ਗੁਰੂ ਖੁਸ਼ ਹੋ ਜਾਏ ਇਹ ਕੋਈ ਜ਼ਰੂਰੀ ਨਹੀਂ ਉਹ ਇੱਕ ਹਿੱਸਾ ਛੋਟਾ ਜਿਹਾ ਧਰਮ ਦਾ ਅਰਥ ਪੜਦਾ ਔਰ ਇਹਦੇ ਜਿਹੜੇ ਇਹ ਰਿਜ਼ਲਟ ਨੇ ਤੁਹਾਡੇ ਸਾਹਮਣੇ ਨੇ ਤੁਸੀਂ ਇਹਦਾ ਮੁਤਾਲਿਆ ਕਰ ਸਕਦੇ ਹੋ ਇਹਨੂੰ ਟੈਸਟ ਕਰ ਸਕਦੇ ਹੋ ਮੇਰੇ ਖਿਆਲ ਦੇ ਵਿੱਚ
पिछले 20 ਸਾਲਾਂ ਦੇ ਵਿੱਚ ਜਿੰਨੇ ਕਿਤਾਬ ਜੇ ਸਿੱਖ ਕੌਮ ਵਿੱਚ ਵੰਡੇ ਗਏ ਨੇ, ਜਿੰਨੀਆਂ ਲਾਇਬ੍ਰੇਰੀਆਂ ਖੁੱਲੀਆਂ ਨੇ, ਜਿੰਨੇ ਕਾਲਜ ਖੁੱਲੇ ਨੇ, ਤੁਸੀਂ ਪਿੱਛੇ ਗੁਰੂ ਨਾਨਕ ਦੇਵ ਜੀ ਤੱਕ ਤੋੜ ਕੇ ਵੇਖ ਲਓ, ਜਿੰਨਾ ਅਸੀਂ ਅਖਰੀ ਗਿਆਨ 20 ਸਾਲਾਂ ਵਿੱਚ ਵੰਡਿਆ, ਇੰਨਾ ਪਿਛਲੇ 500 ਸਾਲਾਂ ਵਿੱਚ ਨਹੀਂ ਵੰਡਿਆ। ਤੁਸੀਂ ਦੋਵਾਂ ਨੂੰ ਜੋੜ ਕੇ ਵੇਖ ਲੈਣਾ ਇਕੱਲੇ ਬੈਠ, ਜਿੰਨੇ ਕਾਲਜ ਹੁਣ ਨੇ, ਜਿੰਨੇ ਪ੍ਰੋਫੈਸਰ ਹੁਣ ਨੇ, ਜਿੰਨੇ ਪਹਿਲਾਂ ਨਹੀਂ ਸੀ। ਹੁਣ ਦੂਜੇ ਪਾਸੇ ਝਾਤੀ ਪਾਈਏ, ਜਿੰਨਾ ਭਗਤ ਪੁਣਾ ਹੁਣ ਆਇਆ, ਇਹਨਾਂ ਪਹਿਲਾਂ ਕਦੇ ਨਹੀਂ ਆਇਆ। ਤੋੜ ਕੇ ਸਾਨੂੰ ਵੇਖਣਾ ਵੀ ਚਾਹੀਦਾ ਕਿ ਜਿਹੜੀ ਚੀਜ਼ ਜੀ ਅਸੀਂ ਹੁਣ ਵਰਤੋਂ ਕਰ ਰਹੇ ਹਾਂ ਨਵੀਂ ਨਵੀਂ ਦੀ, ਉਹਦੇ ਰਿਜ਼ਲਟ ਕੀ ਆ ਰਹੇ ਨੇ। ਜਿੰਨਾ ਨਸ਼ਈ ਸਿੱਖ ਕੌਮ ਹੁਣ ਹੋਈ ਏ, ਇੰਨੀ ਨਸ਼ਈ ਕਦੀ ਨਹੀਂ ਹੋਈ। ਜਿੰਨੀ ਅਸਲੀਲ ਹੁਣ ਹੋਈ ਏ, ਇੰਨੀ ਪਹਿਲਾਂ ਕਦੀ ਨਹੀਂ ਹੋਈ। ਇਹ ਸਾਡੇ ਸਾਹਮਣੇ ਸੀ। ਫਿਰ ਇਹਦਾ ਮਤਲਬ ਸੋਚਣਾ ਪਏਗਾ ਵੀ ਜੋ ਕੁਝ ਅਸੀਂ ਆ ਲੋਕਾਂ ਨੂੰ ਤੋਦਾ ਬਣਾ ਰਹੇ ਹਾਂ ਵੀ ਤੁਸੀਂ ਗਿਆਨ ਪੜੋ, ਕਦਾ ਗਿਆਨ ਪੜੋ, ਇਹ ਗਿਆਨ ਹੈ ਵੀ ਇਹ ਕਿ ਨਹੀਂ? ਇਹਦਾ ਤੇ ਇਹ ਵਾਪਸੀ ਰੈਕਸ਼ਨ ਹੋ ਰਿਹਾ, ਨੁਕਸਾਨ ਹੋ ਰਿਹਾ। ਗਿਆਨ ਤੇ ਉਹ ਨਾ ਜਿਹੜਾ ਕੋਈ ਸਾਹਮਣੇ ਅਸਰ ਹੋਇਆ ਹੈ ਦਿਸੇ, ਗਿਆਨ ਉਹ ਜਿਹੜਾ ਬੰਦੇ ਨੂੰ ਤਬਦੀਲ ਕਰਦਾ ਹੈ, ਉੱਚਾ ਲੈ ਕੇ ਜਾਂਦਾ ਹੈ, ਨਾ ਕਿ ਗਿਰਾਵਟ ਵਿੱਚ ਲੈ ਕੇ। ਇਸ ਕਰਕੇ ਇਹ ਸਾਨੂੰ ਸੋਚਣਾ ਪਏਗਾ ਗਿਆਨ ਹੈ ਵੀ ਇੱਕ ਨਹੀਂ ਹੋਣ ਵਾਲਾ। ਅੱਜ ਦੇ ਗਿਆਨ ਤੇ ਬਹੁਤ ਭਾਰਾ ਸ਼ੱਕ ਹੈ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਤਿਗੁਰੂ ਦੀ ਵਿਚਾਰਧਾਰਾ ਦੇ ਖਿਲਾਫ ਬੋਲਿਆ ਜਾਂਦਾ। ਇਹ ਸਭ ਤੋਂ ਵੱਡੀ ਨਾਰਾਜ਼ਗੀ ਗੁਰੂ ਦੀ, ਕਿਉਂਕਿ ਇੱਕ ਬੰਦੇ ਨੂੰ ਬੁਲਾ ਲੈਣਾ, ਡੀਸੀ ਨੂੰ ਤੁਸੀਂ ਬੁਲਾ ਲਓ ਤੇ ਉਹਦੇ ਖਿਲਾਫ਼ ਇੱਕ ਉਂਗਲ ਖੜੀ ਕਰਕੇ ਵੇਖੋ, ਪਤਾ ਲੱਗ ਜਾਏਗਾ। ਪਰ ਇਸ ਤੇ ਸਾਰੀਆਂ ਉਂਗਲਾਂ 1430 ਅੰਗਾਂ ਦੇ ਅੱਗੇ ਕਰਨੇ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਨਾ ਜਨਮ ਵਰਨ ਹੁੰਦਾ, ਨਾ ਬੱਚਾ ਸਿਮਰਨ ਕਰਦਾ ਜਨਮ ਲੈਣ ਤੋਂ ਪਹਿਲਾਂ, ਕੋਈ ਨਹੀਂ ਚੀਜ਼ਾਂ, ਸਾਰੀਆਂ ਖਤਮ ਕਰ ਦਿੱਤੀਆਂ, ਨਾ ਨਾਮ ਸਿਮਰਨ ਹੁੰਦਾ ਜੀ। ਇਹ ਤੁਹੀਂ ਨੇ ਗੁਰੂ ਗ੍ਰੰਥ ਸਾਹਿਬ ਜੀ ਧਿਆਨ ਦੇਣਾ, ਵਿਚਾਰਧਾਰਾ ਦੇ ਵਿਰੋਧ ਵਿੱਚ ਬੋਲ ਰਹੇ ਸੀ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ ਵੀ ਇਹ ਦੋ ਲਫ਼ਜ਼ਾਂ ਦੇ ਉੱਤੇ ਸਿੱਖੀ ਖੜੀ ਭਾਈ ਕਨ੍ਹਈਆ ਜੀ ਜਿੱਦਣ ਪਹਿਲਾਂ ਆਏ ਤੇ ਬੁੱਧੀ ਦੇ ਤਲ ਤੋਂ ਸੋਚਦੇ ਨੇ ਵੀ ਸੱਚੇ ਪਾਤਸ਼ਾਹ ਨੇ ਪਾਣੀ ਮੰਗਾਇਆ ਨਵੇਂ ਪਾਤਸ਼ਾਹ ਨੇ, ਤੇ ਪੈਰਾਂ ਨੂੰ ਤੇ ਮਿੱਟੀ ਲੱਗੀ ਨੀ, ਪਤਾ ਨੀ ਕਾਹਦੇ ਵਾਸਤੇ ਮੰਗਾਇਆ। ਹਿਸਾਬ ਕਿਤਾਬ ਲਾਉਂਦੇ ਨੇ, ਜਾ ਰਹੇ ਨੇ, ਪਾਣੀ ਭਰ ਕੇ ਲਿਆਏ। ਹੁਣ ਉਸ ਸੇਵਾ ਦੇ ਵਿੱਚ ਸੇਵਾ ਕਰਨ ਦਾ ਤਰੀਕਾ ਸੀ, ਸੇਵਾ ਦੇ ਵਿੱਚ ਥੋੜੀ ਜਿਹੀ ਮੈਂ ਵੀ ਆ ਗਈ, ਕਿਉਂਕਿ ਸਿੱਖ ਇੰਨੇ ਸਨ, ਪਰ ਗੁਰੂ ਨੇ ਤਾਂ ਭਾਈ ਕਨ੍ਹਈਏ ਨੂੰ ਸੱਦਿਆ ਸੀ, ਇਕੱਲੇ ਨੂੰ, ਵਿਸ਼ੇਸ਼ ਸਿੱਖਾਂ ਵਿੱਚ ਉਹਨੂੰ ਜਾਣਿਆ ਸੀ। ਅੰਦਰ ਇੱਕ ਛੋਟੀ ਜਿਹੀ ਅਣਦਿਸਦੀ ਧਾਰੀ ਬਣ ਗਈ ਮੈਂ ਦੀ, ਜਦੋਂ ਲੈ ਕੇ ਆ ਰਹੇ ਸਨ ਨਾ ਪਾਣੀ, ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਥੋੜੀ ਜਿਹੀ ਦੂਰ ਨੇ, ਹਜ਼ੂਰ ਕਹਿੰਦੇ ਨੇ ਭਾਈ ਕਨ੍ਹਈਆ ਜੀ ਪਾਣੀ ਵਿੱਚ ਮਿੱਟੀ ਏ, ਇਹਨੂੰ ਡੋਲ ਦਿਓ, ਹੋਰ ਭਰ ਕੇ ਲਿਆਓ। ਹੁਣ ਦੂਜੇ ਸ਼ਬਦ ਫਿਰ ਨਹੀਂ ਸਮਝ ਆਉਂਦੇ, ਪਾਣੀ ਵਿੱਚ ਮਿੱਟੀ ਹੈ ਹੀ ਨਹੀਂ। ਇਹਨੂੰ ਕਹਿੰਦੇ ਨੇ ਵੀ ਗੁਰੂ ਦੀ ਗੱਲ ਨੂੰ ਆਦਮੀ ਇਸ ਜਿਹੜੀ ਖਾਕ ਦੀ ਬਣੀ ਹੋਈ ਬੁੱਧੀ ਇਹਦੇ ਨਾਲ ਜਾਣ ਨਹੀਂ ਸਕੇਗਾ, ਜਿੰਨਾ ਚਿਰ ਜਾਂ ਤੇ ਉਹ ਬਾਣੀ ਪੜ੍ਹੇ ਜਾਂ ਸੰਗਤ ਵਿੱਚ ਪਵੇ। ਇਹਨਾਂ ਗੱਲਾਂ ਦੇ ਭੇਦ ਤਾਂ ਖੁੱਲਣਗੇ, ਨਹੀਂ ਤੇ ਪਤਾ ਨਹੀਂ ਲੱਗੇਗਾ। ਹੁਣ ਦੂਜੀ ਗੱਲ ਕਹਿੰਦੇ ਪਾਣੀ ਡੋਲ ਦੇ, ਮਿੱਟੀ ਹੈ ਨਹੀਂ ਸੀ, ਫਿਰ ਡੋਲ ਦਿੱਤਾ ਹੁਕਮ ਤੇ ਮੰਨਣਾ ਸੀ। ਦੂਜੀ ਵਾਰੀ ਜਾ ਰਹੇ ਨੇ ਕਹਿੰਦੇ ਮਿੱਟੀ ਤੇ ਹੈ ਨਹੀਂ, ਪਤਾ ਨੀ ਗੁਰੂ ਸਾਹਿਬ ਨੇ ਕਿਉਂ ਕਹਿ ਦਿੱਤਾ। ਇੱਥੇ ਰੁਕ ਗਏ, ਦੂਜੀ ਵਾਰੀ ਫਿਰ ਲਿਆਇਆ ਤੇ ਅੱਧਾ ਅੱਧਾ ਕੁ ਹੰਕਾਰ ਜਿਹੜਾ ਸੀ ਨਾ ਝੜ ਗਿਆ, ਅੱਧਾ ਕੁ, ਕਿਉਂਕਿ ਦੂਜੀ ਵਾਰੀ ਸ਼ੱਕ ਪੈ ਗਿਆ ਵੀ ਕਿਤੇ ਫਿਰ ਨਾ ਕਹਿ ਦੇਣ ਵੀ ਪਾਣੀ ਠੀਕ ਨਹੀਂ, ਥੋੜਾ ਜਿਹਾ ਕੰਮ ਨੇੜੇ ਲੱਗਾ, ਪੂਰਾ ਨਹੀਂ। ਜਦੋਂ ਦੂਜੀ ਵਾਰੀ ਲਿਆਇਆ ਤੇ ਹਜ਼ੂਰ ਨੇ ਫਿਰ ਦੂਰੋਂ ਕਹਿ ਦਿੱਤਾ, ਕਹਿੰਦੇ ਤੈਨੂੰ ਪਾਣੀ ਲਿਆਉਣ ਦੀ ਜਾਚ ਹੀ ਨਹੀਂ, ਤੋੜ ਕੇ ਰੱਖ ਦਿੱਤਾ ਉਹ ਜਿਹੜਾ ਮੈਲ ਵਾਲਾ ਹਿੱਸਾ ਸੀ, ਕੱਢ ਦਿੱਤੀ ਮੈਲ, ਕਹਿੰਦੇ ਤੈਨੂੰ ਪਾਣੀ ਲਿਆਉਣ ਦੀ ਜਾਚ ਹੀ ਨਹੀਂ, ਜਾ ਫਿਰ ਲਿਆ ਭਰ ਕੇ, ਥੋੜਾ ਜਿਹਾ ਝਿੜਕ ਦਿੱਤਾ। ਪਾਣੀ ਵੀ ਉਹੀ ਸੀ, ਪਾਣੀ ਸਾਫ਼ ਸੀ, ਨਾ ਪਾਣੀ ਵਿੱਚ ਮਿੱਟੀ ਸੀ, ਨਾ ਪੈਰਾਂ ਨੂੰ ਮਿੱਟੀ ਲੱਗੀ ਸੀ, ਗੱਲ ਕਿਤੇ ਹੋਰ ਸੀ ਅੰਦਰ। ਜਦੋਂ ਤੀਜੀ ਵਾਰੀ ਗੁਰੂ ਦੇ ਸਵਾਰੇ ਭੇਜਿਆ ਤੇ ਪਾਣੀ ਭਰਿਆ, ਅਰਦਾਸ ਕਰਕੇ, ਮਹਾਰਾਜ ਮੈਨੂੰ ਨਹੀਂ ਪਤਾ ਕਿਹੜਾ ਪਾਣੀ ਤੁਹਾਨੂੰ ਚੰਗਾ ਲੱਗਦਾ, ਇਹ ਨਹੀਂ ਪਤਾ। ਕੱਲ ਰਾਤ ਦੇ ਕੀਰਤਨ ਵਿੱਚ ਇੱਕ ਪੰਕਤੀ ਪੜੀ ਗਈ ਸੀ, ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵ ਹੈ ਸੋ ਥਾਂ ਪਾਈ। ਭਾਵੇਂ ਕਿੰਨੇ ਉਪਾਅ ਕਰ ਲਓ, ਪਰ ਜਿਹੜਾ ਹੰਕਾਰ ਦੇ ਆਸਰੇ ਉਪਾਅ ਕੀਤਾ ਗੁਰੂ ਦਰ ਤੇ ਪ੍ਰਵਾਨ ਨਹੀਂ ਹੋਏਗਾ, ਉਹ ਪਿੱਛੇ ਰਹਿ ਜਾਏਗਾ। ਜਦੋਂ ਤੀਜੀ ਵਾਰੀ ਗਏ ਨਾ,
ਪਾਣੀ ਵੀ ਹੋਈ ਸੀ ਤੇ ਘੜਾ ਵੀ ਉਹ ਵੀ ਸੀ ਤੇ ਕਨਈਆ ਵੀ ਹੋਈ ਸੀ ਪਰ ਅੰਦਰ ਦਾ ਹਿੱਸਾ ਕਨਈਏ ਦਾ ਤਬਦੀਲ ਹੋ ਚੁੱਕਾ ਸੀ ਪਹਿਲਾਂ ਭਰਦਾ ਸੀ ਬੁੱਧੀ ਨਾਲ ਹੁਣ ਭਰਿਆ ਪਾਣੀ ਹਿਰਦੇ ਦੇ ਨਾਲ ਤੇ ਨਾਲ ਕੀਤੀ ਅਰਦਾਸ ਸੱਜੇ ਪਾਤਸ਼ਾਹ ਮੈਨੂੰ ਨਹੀਂ ਪਤਾ ਕਿਹੜਾ ਪਾਣੀ ਤੈਨੂੰ ਚੰਗਾ ਲੱਗਦਾ ਹੈ ਤੂੰ ਆਪ ਹੀ ਮੈਨੂੰ ਦੱਸ ਵੀ ਕਿੱਥੋਂ ਭਰ ਕੇ ਲਿਆ ਇਹ ਅਰਦਾਸ ਦਾ ਵਿਸ਼ਾ ਹੈ ਇਹ ਸਮਰਪਿਤ ਹੋਣ ਦਾ ਵਿਸ਼ਾ ਹੈ ਜਦੋਂ ਇਸ ਵਾਰੀ ਪਾਣੀ ਭਰ ਕੇ ਲਿਆਏ ਸਤਿਗੁਰੂ ਆਪ ਉੱਠ ਕੇ ਅੱਗੋਂ ਚਲੇ ਗਏ ਕਹਿਣ ਲੱਗੇ ਕਨਈਆ ਇਸ ਵਾਰੀ ਪਾਣੀ ਬਹੁਤ ਪਵਿੱਤਰ ਹੈ ਬੜਾ ਸਾਫ਼ ਹੈ ਲਿਆ ਮੇਰੇ ਪੈਰਾਂ ਤੇ ਪਾ ਜਦੋਂ ਤੀਜੀ ਵਾਰੀ ਪਾਣੀ ਲਿਆਇਆ ਤੇ ਪਾਣੀ ਦੇ ਨਾਲ ਚਰਨ ਧੋਤੇ ਉਧਰੋਂ ਚਰਨਾਂ ਤੇ ਪਾਣੀ ਪਿਆ ਤੇ ਉਧਰੋਂ ਅੰਦਰ ਨੂੰ ਮਨ ਧੁੱਪ ਗਿਆ ਗੁਰੂ ਨੂੰ ਪਾਣੀ ਦੀ ਲੋੜ ਨਹੀਂ ਗੁਰੂ ਨੂੰ ਠੰਡ ਗਰਮੀ ਨਹੀਂ ਲੱਗਦੀ ਪਰ ਸਿੱਖ ਨੇ ਤੇ ਆਪਣਾ ਕੰਮ ਕਰਨਾ ਹੈ ਨਾ ਠੰਡ ਗਰਮੀ ਤੇ ਸਿੱਖ ਨੂੰ ਲੱਗਦੀ ਠੰਡ ਗਰਮੀ ਸਿੱਖ ਨੂੰ ਲੱਗਦੀ ਹੈ ਗੁਰੂ ਨੂੰ ਨਹੀਂ ਲੱਗਦੀ ਨਾ ਗੁਰੂ ਨੂੰ ਭੁੱਖ ਲੱਗਦੀ ਪਰ ਫਿਰ ਕਿਉਂ ਗੁਰੂ ਦੇ ਅੱਗੇ ਰੱਖ ਕੇ ਅਰਦਾਸ ਕਰਨੀ ਜ਼ਰੂਰੀ ਹੈ ਜਿਨ੍ਹਾਂ ਨੂੰ ਪ੍ਰੇਮ ਉਹ ਕਰਦੇ ਨੇ ਅਰਦਾਸ ਜਿਹੜੇ ਬੁੱਧੀ ਦੇ ਤਲ ਤੇ ਜਾਣ ਵਾਲੇ ਲੋਕ ਨੇ ਉਹ ਨਹੀਂ ਕਦੀ ਇਹਨੂੰ ਜਾਣਨਗੇ ਮੈਂ ਤੇ ਕਈ ਵਾਰੀ ਬੇਨਤੀ ਕਰਿਆ ਕਰਨਾ ਗੁਰੂ ਨਾਨਕ ਦੇ ਪਿਤਾ ਸਨ ਬਾਬਾ ਕਲਿਆਣ ਦਾਸ ਉਹਨਾਂ ਨੇ ਗੁਰੂ ਨਾਨਕ ਨੂੰ ਸਮਝਿਆ ਨਹੀਂ ਜਿੱਦਣ ਘਰ ਵਿੱਚ ਆਏ ਜੇ ਸਮਝ ਲੈਂਦੇ ਤੇ ਚੁਪੇੜ ਕਿਉਂ ਮਾਰਦੇ ਵੀਹ ਰੁਪਈਆਂ ਵਿੱਚ ਠੀਕ ਅਖੀਰ ਤੇ ਜਾ ਕੇ ਸਮਝਿਆ ਪਰ ਉਸੇ ਘਰ ਦੀ ਇੱਕ ਅਨਪੜ੍ਹ ਬੀਬੀ ਦੌਲਤਾਂ ਦਾਈ ਜਿਹਨੂੰ ਇੱਕ ਵੀ ਅੱਖਰ ਨਹੀਂ ਸੀ ਆਉਂਦਾ ਉਹ ਗੁਰੂ ਨਾਨਕ ਨੂੰ ਸਮਝੀ ਪਹਿਲੇ ਦਿਨ ਲੰਘੀ ਇਤਿਹਾਸ ਵਿੱਚ ਉਹਦਾ ਜ਼ਿਕਰ ਆਉਂਦਾ ਉਹਦੇ ਤੇ ਬਖਸ਼ਿਸ਼ ਹੋ ਗਈ ਪਰ ਦੂਜੇ ਪਾਸੇ ਕਈ ਪਿੰਡਾਂ ਦਾ ਪਟਵਾਰੀ ਪੜ੍ਹਿਆ ਲਿਖਿਆ ਆਦਮੀ ਹੁੰਦਾ ਪਟਵਾਰੀ ਕੋਈ ਛੋਟੀ ਜਾਣਕਾਰੀ ਨਹੀਂ ਹੁੰਦੀ ਉਹਦੀ ਪਟਵਾਰੀ ਸੀ ਤੇ ਪਿਤਾ ਸੀ ਗੁਰੂ ਨਾਨਕ ਦਾ ਗੁਰੂ ਨਾਨਕ ਨੂੰ ਸਮਝ ਨਹੀਂ ਸਕੇ ਪਿਤਾ ਹੋਣ ਦੇ ਬਾਵਜੂਦ ਕਿਉਂ ਕਿਉਂਕਿ ਰੱਬ ਦਾ ਸੰਬੰਧ ਪਟਵਾਰੀਆਂ ਨਾਲ ਹੁੰਦੇ ਨਹੀਂ ਮਿਲਣ ਵਾਲਿਆਂ ਦਾ ਸੰਬੰਧ ਗੁਰੂ ਨਾਲ ਤੋਲਣ ਵਾਲਿਆਂ ਉੱਥੇ ਤਾਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਉੱਥੇ ਚੀਜ਼ਾਂ ਮੁੱਲ ਵਾਲੀਆਂ ਹੈ ਨਹੀਂ ਮੁੱਲ ਪੂਰੇ ਵੀ ਆਉਂਦਾ ਨਾ ਤਕੜੀ ਤੇ ਤੋਲਿਆ ਜਾ ਸਕਦਾ ਕੋਈ ਚੀਜ਼ ਕੰਮ ਨਹੀਂ ਦਿੰਦੀ ਇਹ ਸਾਰੀਆਂ ਚੀਜ਼ਾਂ ਸੰਸਾਰ ਵਿੱਚ ਕੰਮ ਦੇ ਸਕਦੀਆਂ ਨੇ ਕੋਈ ਸ਼ੱਕ ਨਹੀਂ ਜਦੋਂ ਅਸੀਂ ਧਰਮ ਦੇ ਮਾਰਗ ਤੇ ਤੁਰਨਾ ਥੋੜੇ ਜਿਹੇ ਰਾਹ ਤੱਕ ਕੰਮ ਦਿੰਦੀਆਂ ਨੇ ਪਰ ਸਿਰੇ ਤੇ ਨਹੀਂ ਜਾ ਸਕਦੇ ਕਲਗੀਧਰ ਪਾਤਸ਼ਾਹ ਦਾ ਜੀਵਨ ਦੇਖੋ ਜਿਹੜੀਆਂ ਅੱਖਾਂ ਨਾਲ ਜਿਹੜੇ ਜੀਵਨ ਨਾਲ ਅਸੀਂ ਵੇਖਣਾ ਚਾਹੁੰਦੇ ਹਾਂ ਜਿਹੜੀ ਬੁੱਧੀ ਤੇ ਅਸੀਂ ਤੋਲਣਾ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਦੇ ਉੱਤੇ ਤੋਲਿਆ ਨਹੀਂ ਜਾ ਸਕਦਾ ਅੱਜ ਸਿੱਖ ਧਰਮ ਦੇ ਵਿਦਵਾਨਾਂ ਦੇ ਵਿੱਚ ਸਭ ਤੋਂ ਵੱਡਾ ਨੁਕਸ ਹੀ ਆ ਗਿਆ ਜਿਹੜੀ ਚੀਜ਼ ਨਾਲ ਬਾਣੀ ਨੂੰ ਪੜ੍ਹਨਾ ਉਹ ਚੀਜ਼ ਸਾਡੇ ਕੋਲ ਰਹੀ ਕੋਈ ਨਹੀਂ ਉਹ ਅੱਖ ਹੋਰ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਲੰਘਿਆ ਤੇ ਉਹਨਾਂ ਦੇ ਜੀਵਨ ਦੀ ਘਟਨਾ ਮੈਂ ਦੁਹਰਾ ਰਿਹਾ ਪਟਨਾ ਸਾਹਿਬ ਵਿੱਚ ਇੱਕ ਉੱਥੇ ਪੰਡਿਤ ਸੀ ਸ਼ਿਵ ਦਾ ਸ਼ੁਰੂਆਤ ਦੀਆਂ ਸਾਖੀਆਂ ਵਿੱਚੋਂ ਜਿਹੜੇ 6 ਸਾਲ ਉਹ ਪਟਨਾ ਸਾਹਿਬ ਰਹੇ ਨੇ ਉਹਨਾਂ 6 ਸਾਲਾਂ ਦੇ ਵਿੱਚ ਕਈ ਘਟਨਾਵਾਂ ਪਟਨਾ ਸਾਹਿਬ ਵਿੱਚ ਵਰਤੀਆਂ ਇਹ ਪੰਡਿਤ ਸ਼ਿਵ ਦੱਤ ਸੀ ਭਗਤੀ ਕਰਦਾ ਸੀ ਰਾਮ ਚੰਦਰ ਦੀ ਮਰਿਆਦਾ ਪੁਰਸ਼ੋਤਮ ਸਵੇਰੇ ਆ ਜਾਣਾ ਲੈ ਕੇ ਆਪਣਾ ਗੜਵਾ ਆਪਣਾ ਕੱਪੜਾ ਵਿਛਾ ਲੈਣਾ ਗੰਗਾ ਦੇ ਕਿਨਾਰੇ ਤੇ ਉੱਥੇ ਬਹਿ ਕੇ ਆਪਣਾ ਕੋਈ ਮੰਤਰ ਧਿਆਨ ਲਾਉਣਾ ਇਸ ਤੇ ਸਤਿਗੁਰੂ ਵੀ ਉੱਥੇ ਖੇਡਦੇ ਸਨ ਆ ਕੇ ਗੰਗਾ ਦੇ ਕਿਨਾਰੇ ਤੇ ਛੋਟੀ ਜਿਹੀ ਤਲਵਾਰ ਰੱਖਣੀ ਇਹ ਉਹੀ ਗੰਗਾ ਹੈ ਜਿਸ ਗੰਗਾ ਦੇ ਕਿਨਾਰੇ ਤੇ ਅਸ਼ੋਕ ਨੇ ਆ ਕੇ ਤਲਵਾਰ ਸਿੱਟੀ ਸੀ ਇਹ ਮਹਾਤਮਾ ਬੁੱਧ ਦਾ ਚੇਲਾ ਬਣ ਗਿਆ ਸੀ ਜਿੱਥੋਂ ਹਿੰਦੁਸਤਾਨ ਗੁਲਾਮ ਹੋਇਆ ਧਿਆਨ ਦੇਣਾ ਹਿੰਦੁਸਤਾਨ ਦੀ ਗੁਲਾਮੀ ਦੀ ਸ਼ੁਰੂਆਤ ਉੱਥੇ ਹੋਈ ਸੀ ਜਿੱਥੇ ਸ਼ਿਵ ਦੱਤ ਪੰਡਿਤ ਬਹਿੰਦਾ ਸੀ ਕਿਉਂਕਿ ਬੁੱਧ ਇੱਧਰ ਗਿਆ ਵਿੱਚ ਹੋਏ ਨੇ ਤੇ ਬੁੱਧ ਦਾ ਉਪਦੇਸ਼ ਸੀ ਵੀ ਸ਼ਸਤਰ ਦੀ ਕੋਈ ਲੋੜ ਨਹੀਂ ਆਤਮਾ ਨੂੰ ਮੰਨੋ ਅੰਦਰ ਧਿਆਨ ਲਾਓ ਬਾਹਰਲੇ ਸਮਾਜ ਦੀ ਕੋਈ ਲੋੜ ਨਹੀਂ ਅਸ਼ੋਕ ਨੇ ਬੜੀ ਦੁਨੀਆਂ ਜਿੱਤੀ ਸੀ ਅਸ਼ੋਕ ਸਮਰਾਟ ਸੀ ਚੱਕਰਵਰਤੀ ਜਦੋਂ ਕਰਦਾ ਕਰਦਾ ਇੱਥੇ ਆਇਆ ਤੇ ਕਦਲੋਂ ਗਾਰਤ ਤੋਂ ਅੱਕ ਚੁੱਕਾ ਸੀ ਕਿਉਂਕਿ ਆਦਮੀ ਹਮੇਸ਼ਾ ਤਬਦੀਲੀ ਚਾਹੁੰਦਾ ਹੈ ਇਹਨੂੰ ਬੁੱਧ ਮਿਲ ਗਿਆ ਬੁੱਧ ਧਰਮ ਤੋਂ ਪ੍ਰਭਾਵਿਤ ਹੋਇਆ ਬੁੱਧ ਦੇ ਉਪਦੇਸ਼ਕਾਂ ਤਾਂ ਉਹਦੇ ਤੋਂ ਪ੍ਰਭਾਵਿਤ ਹੋ ਕੇ
तलवार सिट दिती पर जो सतगुरु का वक्त आया उन्होंने कहा तलवार सिटनी नहीं कोल रखनी है पर इहदी म्यान है ही तां इहदी म्यान दस दी है भी लोड़ पैण ते इहनू बाहर कढ़ना नहीं ते विच रखना कृपान दे उत्ते पई हुई म्यान दस दी है जदों इह खाली हो जाएगी उदों नुकसान करेगी म्यान तों बिना होगी म्यान इह दस दी है म्यान का मतलब सीमा विच रहना कृपान की है बड़े लोग कहते कई बार गुरमुख कहते अर्थ अर्थ तो कोई नहीं ककार है गुरु गोबिंद सिंह जी वालों दिता हुआ सिख ने नहीं पूछना की पर इहदी बड़ी वड्डी फिलासफी है कृपान ये दस दी है भी संसार का काम जिहड़ा तू करन तों बाद एक नाल अंदरों जुड़ जा जिवें कृपान बाहर अपना काम कर दी है पर जदों दा काम खत्म हो जाता म्यान विच आ हद विच सीमा विच आ कलगीधर पातशाह ने इसे गंगा नदी के किनारे तो ओही तलवार चुकी जिहड़ी अशोक ने सिटी सी क्योंकि अशोक की सिटी हुई तलवार के कारण हिंदुस्तान गुलाम हो गया सतगुरु ने इसको शुरू किया आजादी की जिहड़ी लहर सी भी हिंदुस्तान को आजाद करवाना और यह संघर्ष कई सौ साल चलिया कई सौ साल चलिया ते कई हजार पुराना कई हजार साल पुराना जिहड़ा जुर्म राज सी उहनू सतगुरु ने इस ढंग दे नाल कुटिया इत्थे बैठा सी शिवदत्त ध्यान लाउंदा सी चौंकड़ा ला के समाधि लाउंदा सी अखां बंद कर लैंदा सी ते सतगुरु कदी कदी खेडदे खेडदे क्योंकि उम्र सारी चार साल दी सी गुरु गोबिंद सिंह पातशाह कदी कदी आउणा क्योंकि कलगीधर पातशाह जी दे जिहड़े सुभाअ दे मुताबक इतिहास लिखिआ है उहदे मुताबक गुरु साहिब दा जिहड़ा सुभाअ सी थोड़ा जिहा मुखौली ते तरीके दे नाल मुखौल विच उपदेश करना उहनां दे जिहड़ियां घटनावां ने इक उहनां दे शरीर विच फुर्ती बड़ी सी ढंग बड़ा सी उत्थे जदों आए उहनां देखणा वी पंडित जी रोज पैंदे ने अडोल पिछों दी आ के पाणी रोड़ देणा जिहड़ा उपरमंडल विच पा के रखे सी पंडित ने उठना उहने गाली गलोच कढ़नी पर पड़े नहीं सन जाते दौड़ जाते उलामा लैके गया माता जी दे कोल बे आ जिहनूं तुसीं लाल जी कहिंदे हो ना गुरु गोबिंद सिंह जी नूं लाल जी कहिंदे छोटी उम्र विच इहनूं समझाओ मैं जदों उत्थे अपना जल रख के अपना कोई मंत्र जपना ते आके मेरा पाणी डोल जांदा जदों उलामा लैके गया सतगुरु ने बुला लिया माता जी ने कलगीधर पातशाह जी नूं बुलाया कह लगे पंडित जी तुहाडा उलामा लैके आए तुसीं इहदा पाणी डोल दिंदे हो कह लगे पाणी तां डोलना भी इहदा पाणी खराब हो गया है इहदा पाणी पुराणा हो गया मैं तां डोलना भी इहनूं कढणा पुराणा जिहड़ा कर्म कांड तुसीं करदे उहदे नाल देश गुलाम हो गया इहदे विच नवां पाणी पुराणी विचारधारा कढ विचों नवीं विचारधारा पा इत्थे सतगुरु ने एक दिन बैठे हुए फिर इस पंडित दीआं अखां दे उत्ते हथ रख दित्ता दोवां पासों पिछों आ के अखां बंद करके बैठा सी हजूर ने दोवां पासों अखां बंद कर दित्तियां इहने बड़ा जोर लाया जदों अखां तों हथ चुके पिछे वेख्या ते सतगुरु खड़े सन पर अज गुस्से विच नहीं आया क्योंकि अज गुरु ने मत्थे ते हथ रख दित्ता सी बख्शिश कर दित्ती सी अंदर नूं बदल दित्ता सी ते पुछदा है जी तुसीं मेरीआं अखां ते हथ क्यों रख्या ते सतगुरु कहिंदे पंडित जी इन्हां अखां नाल रब कोई नहीं दिसना जिन्हां नाल तुसीं वेंदे हो इन्हां नूं बंद करो होर अखां खोलो अंदर दीआं अखां बदलो अपनीआं तब्दील करो दुनिया दे लोक अखां तब्दील नहीं करदे बदलदे नहीं इह तरीका सी सतगुरु सच्चे पातशाह जी दा लोकां नूं ज्ञान देण दा लोकां नूं दसण दा कि उस मुद्रा दे विच उस तरीके दे नाल समझाउणा कि आम आदमी नूं समझ आवे सतगुरु ने इत्थे आनंदपुर साहिब विच इस तरह दीआं कई घटनावां वरताईआं उहनां विच इक मैं इक दो घटनावां आप जी नाल सांझीआं करांगा वी कलगीधर पातशाह जी दा उपदेश देण दा जिहड़ा ढंग सी उह बड़ा अजीब सी इत्थे इक घटना उहनां दी ब्राह्मणां दे नाल क्योंकि बहुत विरोध कीता जदों कलगीधर पातशाह ने अपना सिद्धांत सामने रख्या एक अकाल पुरख वाहिगुरु की गल की पखंड का विरोध किया
ਪੁਰਾਣੀਆਂ ਵਿਚਾਰਾਂ ਜਿਹੜੀਆਂ ਸਨ ਉਹਨਾਂ ਨੂੰ ਤੋੜਿਆ, ਬੁੱਝ ਦੇਵੀ ਨੂੰ ਕੱਢਿਆ, ਵਿੱਚੋਂ ਸ਼ਸਤਰ ਦਿੱਤੇ ਤੇ ਕੁਦਰਤੀ ਤੌਰ ਤੇ ਬ੍ਰਾਹਮਣਾਂ ਦੇ ਵਿਰੋਧ ਕਰਦਾ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਸਾਹਿਬ ਇਸ ਬ੍ਰਾਹਮਣਵਾਦ ਦਾ ਵਿਰੋਧ ਕਰ ਰਹੇ ਸਨ, ਪਰ ਅਜੇ ਵੀ ਭਾਰੂ ਸੀ ਸਿੱਖਾਂ ਦੇ ਵਿੱਚੋਂ। ਜਦੋਂ ਕਲਗੀਧਰ ਪਾਤਸ਼ਾਹ ਦਾ ਵਕਤ ਆਇਆ ਤੇ ਹਜ਼ੂਰ ਨੇ ਜਦੋਂ ਲੰਗਰ ਜਾਰੀ ਕੀਤਾ ਸਾਂਝਾ ਤੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ। ਬ੍ਰਾਹਮਣਾਂ ਨੇ ਆ ਕੇ ਇਤਰਾਜ ਕੀਤਾ ਬਈ ਪਹਿਲਾਂ ਸਾਡਾ ਲੰਗਰ ਬਣਦਾ ਛਕਣਾ, ਸਾਨੂੰ ਦੇਖਿਆ ਦਿਓ। ਸਤਿਗੁਰੂ ਨੇ ਕਿਹਾ ਬਈ ਲੰਗਰ ਸਾਰਾ ਇਕੱਠਿਆਂ ਦਾ ਚੱਲ ਰਿਹਾ, ਤੁਸੀਂ ਇੱਥੋਂ ਛਕ ਸਕਦੇ ਹੋ। ਉਹਨਾਂ ਨੇ ਕਿਹਾ ਨਹੀਂ, ਤੇ ਸਤਿਗੁਰੂ ਨੇ ਫਿਰ ਇੱਕ ਹਦਾਇਤ ਜਾਰੀ ਕੀਤੀ ਲਾਂਗਰੀ ਸਿੰਘਾਂ ਨੂੰ, ਕਹਿਣ ਲੱਗੇ ਵੀ ਜਿਹੜਾ ਬ੍ਰਾਹਮਣ ਤੇ ਲੰਗਰ ਦੇ ਵਿੱਚ ਪੰਗਤ ਵਿੱਚ ਲੰਗਰ ਛਕੇਗਾ, ਸੰਗਤ ਦੇ ਵਿੱਚ ਆਮ ਲੋਕਾਂ ਵਿੱਚ ਬਹਿ ਕੇ, ਉਹਨੂੰ ਮਿਲੇਗੀ ਸੋਨੇ ਦੀ ਮੋਹਰ, ਤੇ ਜਿਹੜਾ ਵੱਖਰਾ ਛਕੇਗਾ ਉਹਨੂੰ ਮਿਲੇਗਾ ਇੱਕ ਰੁਪਈਆ। ਬਹੁਤ ਵੱਡਾ ਫਰਕ ਸੀ, ਇਹ ਹਦਾਇਤ ਜਾਰੀ ਹੋ ਗਈ। ਬਹੁਤ ਵੱਡਾ ਮੇਲਾ ਸੀ, ਬਹੁਤ ਸਾਰੇ ਬ੍ਰਾਹਮਣ ਆਏ ਹੋਏ ਸਨ। ਹੁਣ ਇੱਕ ਪਾਸੇ ਉਹ ਸੁੱਚ ਵਾਲਾ ਲੰਗਰ ਹੈ, ਇੱਕ ਪਾਸੇ ਆਮ ਸੰਗਤ ਦਾ ਲੰਗਰ ਹੈ, ਦੋਵਾਂ ਪਾਸੇ ਬ੍ਰਾਹਮਣਾਂ ਦੇ ਵਿੱਚ ਵਿਰੋਧ ਪੈਦਾ ਹੋ ਗਿਆ। ਅੱਧੇ ਕਹਿੰਦੇ ਨੇ ਵੀ ਆਪਾਂ ਲੰਗਰ ਵਿੱਚੋਂ ਛਕ ਲਈ, ਉਹਨਾਂ ਨੇ ਕਿਹਾ ਵੀ ਧਰਮ ਭ੍ਰਿਸ਼ਟ ਹੋ ਜਾਏਗਾ, ਧਰਮ ਭ੍ਰਿਸ਼ਟ ਹੋ ਜਾਏਗਾ ਉੱਥੇ ਆਮ ਬੰਦੇ ਦੇ ਨਾਲ ਬੈਠ ਕੇ। ਪਰ ਸਤਿਗੁਰੂ ਨੇ ਲਾਂਗਰੀ ਸਿੰਘਾਂ ਨੂੰ ਕਿਹਾ ਵੀ ਮੋਹਰ ਹੋ, ਸੋਨੇ ਦੀ ਮੋਹਰ ਜਿਹੜੀ ਕਈ ਹਜ਼ਾਰਾਂ ਦੀ ਹੈ, ਤੇ ਕਿੱਥੇ ਇੱਕ ਰੁਪਈਆ ਮਿਲਣਾ ਵੱਖਰੇ ਪੈ। ਜਦੋਂ ਇਹ ਸਾਰਾ ਕੁਝ ਚੱਲਿਆ, ਅਖੀਰ ਨੂੰ ਪੰਡਤਾਂ ਨੇ ਇਹ ਫੈਸਲਾ ਕਰ ਲਿਆ ਵੀ ਕੋਈ ਗੱਲ ਨਹੀਂ, ਜਾ ਕੇ ਇਸ਼ਨਾਨ ਕਰ ਲਾਂਗੇ ਇੱਕ ਵਾਰੀ, ਤੁਸੀਂ ਉੱਥੇ ਲੰਗਰ ਛਕੋ ਜਿੱਥੇ ਮੋਹਰ ਮਿਲਦੀ ਹੈ। ਜਦੋਂ ਉੱਥੇ ਗਏ ਤੇ ਹਜ਼ੂਰ ਨੇ ਸਾਰੇ ਉਠਾ ਦਿੱਤੇ ਤਿੜਕ ਕੇ, ਕਹਿਣ ਲੱਗੇ ਦੇਖੋ ਇਹ ਧਰਮ ਇਹਨਾਂ ਦਾ, ਇਹ ਤੁਹਾਨੂੰ ਕੀ ਰਾਹ ਦੇਣਗੇ, ਕਿਹੜੇ ਰਾਹ ਦੇ ਤੁਰਨਗੇ। ਇਸ ਤਰ੍ਹਾਂ ਦਾ ਇੱਕ ਨਹੀਂ, ਇਹ ਕਾਰਨ ਸੀ ਇਹ ਜਿਹੜੇ ਬ੍ਰਾਹਮਣ ਸਨ, ਜਿੱਥੋਂ ਭੁਲੇਖਾ ਪਿਆ ਸਾਡੇ ਵਿੱਚ, ਆ ਬੜਾ ਵੱਡਾ ਭੁਲੇਖਾ ਪਿਆ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਬੜੇ ਲਿਖਾਰੀਆਂ ਨੇ ਲਿਖ ਵੀ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੇਵੀ ਪ੍ਰਗਟ ਕੀਤੀ ਸੀ, ਕਈ ਲਿਖਾਰੀਆਂ ਨੇ ਲਿਖਿਆ। ਪਰ ਸਤਿਗੁਰੂ ਜੀ ਦੇ ਜੋਜ ਇੰਨੇ ਤਰੀਕੇ ਵਾਲੇ ਹੁੰਦੇ ਸਨ ਤੇ ਮਨੋਵਿਗਿਆਨਕ ਹੁੰਦੇ ਸਨ, ਕਿਸੇ ਬੰਦੇ ਨੂੰ ਉਹਨਾਂ ਦੀ ਸਮਝ ਹੀ ਨਹੀਂ ਸੀ ਆਉਂਦੀ ਵੀ ਕੀ ਕਰ ਰਿਹਾ, ਕਿਹੜਾ ਤਰੀਕਾ। ਜਦੋਂ ਬਹੁਤ ਸਾਰੇ ਬ੍ਰਾਹਮਣ, ਕਿਉਂਕਿ ਮੈਂ ਰਾਤ ਵੀ ਬੇਨਤੀ ਕੀਤੀ ਸੀ ਕਿ ਜਦੋਂ ਸਿੱਖ ਧਰਮ ਸਾਜਿਆ ਗਿਆ ਆਖਰ ਤੇ ਇਹ ਮੰਨਣਾ ਪਏਗਾ, ਭਾਵੇਂ ਸਿੱਖ ਕੌਮ ਹਿੰਦੂ ਧਰਮ ਦਾ ਇੱਕ ਹਿੱਸਾ ਨਹੀਂ ਜਿਹੜਾ ਅੱਜ ਕਿਹਾ ਜਾ ਰਿਹਾ ਵੀ ਸਿੱਖ ਧਰਮ ਜਿਹੜਾ ਉਹਦੀ ਇੱਕ ਵੱਖਰੀ ਹੋਂਦ ਹੈ, ਵੱਖਰੀ ਪਹਿਚਾਣ ਹੈ, ਵੱਖਰਾ ਵਿਸ਼ਾ ਹੈ। ਪਰ ਜਿਸ ਵਕਤ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਸਿੱਖੀ ਸਾਜੀ ਸੀ, ਉਹ ਹਿੰਦੂ ਸਮਾਜ ਦੇ ਵਿੱਚੋਂ ਬੰਦੇ ਕੱਢ ਕੱਢ ਕੇ ਸਿੱਖ ਬਣਾਇਆ ਸੀ, ਉਹਦੇ ਵਿੱਚੋਂ ਉਹਨਾਂ ਪਰਿਵਾਰਾਂ ਵਿੱਚੋਂ ਉਹਨਾਂ ਦੇ ਪੁਰਾਣੇ ਵਿਸ਼ਵਾਸ ਸਨ, ਉਹਨਾਂ ਦਾ ਇਹ ਵੀ ਵਿਸ਼ਵਾਸ ਸੀ ਜਦੋਂ ਗੁਰੂ ਸਾਹਿਬ ਨੇ ਸੰਘਰਸ਼ ਸ਼ੁਰੂ ਕੀਤਾ, ਜੰਗ ਸ਼ੁਰੂ ਕੀਤਾ, ਤੇ ਕਈਆਂ ਸਿੱਖਾਂ ਨੇ ਵੀ ਜਿਹਨਾਂ ਦੀ ਪੁਰਾਣੀ ਵਿਚਾਰਧਾਰਾ ਸੀ ਕਈ ਪੀੜ੍ਹੀਆਂ ਤੋਂ ਲੈ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਉਹਨਾਂ ਨੇ ਕੁਦਰਤੀ ਆਗ ਨੇ ਕਿਹਾ ਵੀ ਜੇ ਤੁਸੀਂ ਦੇਵੀ ਪ੍ਰਗਟ ਕਰ ਲਓ ਤੇ ਔਰੰਗਜ਼ੇਬ ਨੂੰ ਹਰਾਉਣਾ ਸੌਖਾ ਹੋ ਜਾਵੇ। ਹਜ਼ੂਰ ਨੇ ਆਪਣਾ ਜਿਹੜਾ ਉਪਦੇਸ਼ ਸੀ ਦਿੱਤਾ ਵੀ ਇਹਨਾਂ ਦੇਵੀ ਦੇਵਤਿਆਂ ਦੇ ਹੱਥ ਵਿੱਚ ਜੇ ਔਰੰਗਜ਼ੇਬ ਨੂੰ ਨਸ਼ਟ ਕਰਨਾ ਹੁੰਦਾ ਸੌਖਾ ਤੇ ਪੰਡਿਤ ਕਿਉਂ ਆਉਂਦੇ, ਪਰ ਜਿਹੜੀ ਗੱਲ ਬੰਦੇ ਦੇ ਮਨ ਵਿੱਚ ਬੈਠ ਜਾਏ ਉਹ ਨਿਕਲਦੀ ਨਹੀਂ। ਅੱਜ ਸਾਡੇ ਸਮਾਜ ਵਿੱਚ ਵੀ ਬੈਠੀ ਹੋਈ, ਤੁਸੀਂ ਲੱਖ ਕਹਿ ਲਓ, ਲੱਖ ਪ੍ਰਚਾਰ ਕਰ ਲਓ ਵੀ ਆਖਰ ਬੰਦਾ ਉਸ ਚੀਜ਼ ਦੇ ਵਹਿਮ ਦੇ ਵਿੱਚ ਜ਼ਰੂਰ ਫਸੇਗਾ ਵੀ ਇਸ ਵਾਰ ਇਹ ਕਰਨਾ, ਇਸ ਵਾਰ ਇਹ ਨਹੀਂ ਕਰਨਾ, ਇਸ ਵਾਰ ਸਿਰ ਨਹੀਂ ਧੋਣਾ, ਇਸ ਵਾਰ ਕੱਪੜੇ ਨਹੀਂ ਧੋਣੇ, ਕਿੰਨੇ ਭਰਮ ਨੇ, ਕਿੰਨੇ ਵਹਿਮ ਨੇ। ਜੇ ਵਿਆਹ ਸ਼ਾਦੀ ਕਰਨੀ ਹੈ ਤੇ ਪੰਡਿਤ ਨੂੰ ਪੁੱਛ ਕੇ ਆਉਣਾ ਵੀ ਦਿਨ ਕਿਹੜਾ ਚੰਗਾ, ਇਹ ਚੀਜ਼ਾਂ ਜੰਮ ਜਾਂਦੀਆਂ ਨੇ ਮਨੁੱਖੀ ਮਾਇੰਡ ਦੇ ਅੰਦਰ ਫਿਰ ਨਿਕਲਦੀਆਂ ਨੇ। ਇਸੇ ਤਰ੍ਹਾਂ ਇੱਕ ਇਹ ਵਿਚਾਰ ਜੰਮ ਚੁੱਕਾ ਸੀ ਕਿ ਜੇ ਜੰਗ ਕਰਨਾ ਹੈ ਤੇ ਤੁਹਾਨੂੰ ਤੁਸੀਂ ਦੇਵੀ ਨੂੰ ਪ੍ਰਗਟ ਕਰ ਲਓ। ਸਤਿਗੁਰੂ ਨੇ ਬਹੁਤ ਸਮਝਾਇਆ ਪਰ ਵੇਖਿਆ ਵੀ ਮੇਰੇ ਵੀ ਸਿੱਖਾਂ ਦੇ ਮਨਾਂ ਦੇ ਵਿੱਚੋਂ ਕਿਤੇ ਗੱਲ ਪੂਰੀ ਤਰ੍ਹਾਂ ਨਹੀਂ ਨਿਕਲਦੀ। ਇਸ ਲਈ ਉਹਨਾਂ ਨੇ ਇੱਕ ਚੋਜ ਕੀਤਾ, ਇੱਕ ਬ੍ਰਾਹਮਣ ਸੀ ਜਿਹੜਾ ਕਹਿੰਦਾ ਸੀ ਮੈਂ ਦੇਵੀ ਪ੍ਰਗਟ ਕਰ ਸਕਦਾ। ਜਦੋਂ ਉਸ ਬ੍ਰਾਹਮਣ ਨੂੰ ਸੱਦਿਆ, ਇਕੱਠੇ ਹੋਏ
ਹਜ਼ੂਰ ਨੇ ਕਿਹਾ ਦੱਸ ਤੈਨੂੰ ਕਿਹੜੀ ਕੀ ਕੀ ਚੀਜ਼ ਚਾਹੀਦੀ, ਕਿਹੜਾ ਸਮਾਨ ਚਾਹੀਦਾ, ਦੱਸ ਕਿੰਨੀ ਸਮੱਗਰੀ ਚਾਹੀਦੀ। ਉਹਨੇ ਬਹੁਤ ਸਾਰੀ ਸਮੱਗਰੀ ਇਕੱਠੀ ਕਰਾ ਲਈ, ਬਹੁਤ ਸਾਰਾ ਸਮਾਨ, ਕਈ ਮਣ ਘਿਓ, ਕਈ ਮਣ ਚੰਦਨ ਇਕੱਠਾ ਕਰ ਲਿਆ ਤੇ ਸਤਿਗੁਰੂ ਨੇ ਕਿਹਾ ਵੀ ਜਿੰਨਾ ਜੋ ਕੁਝ ਤੈਨੂੰ ਚਾਹੀਦਾ ਦੱਸ ਦੇ, ਕੱਲ ਨੂੰ ਗੁਲਾਮਾਂ ਨਾਲ ਦੇ ਕੇ ਸਮਾਨ ਥੋੜਾ ਰਹਿ ਗਿਆ ਤਾਂ ਨਹੀਂ ਦੇਵੀ ਆਈ ਪ੍ਰਗਟ ਨਹੀਂ, ਕਿਉਂਕਿ ਜਵਾਬ ਵਿੱਚੋਂ ਗੱਲ ਕੱਢਣੀ ਸੀ ਬਾਤ। ਹੁਣ ਪੰਡਿਤ ਨੇ ਸੋਚਿਆ ਵੀ ਚਲੋ ਨਾਲੇ ਉਹਨੇ 1.25 ਲੱਖ ਰੁਪਈਆ ਮੰਗਿਆ ਉਹ ਸਾਰੇ ਹਵਨ ਦਾ ਕਰਨ। ਸਤਿਗੁਰੂ ਨੇ ਕਿਹਾ ਉਹ ਤੈਨੂੰ ਬਾਅਦ ਵਿੱਚ ਦਿਆਂਗੇ, ਸਮਾਨ ਦੱਸ ਦੇਣਾ ਚਾਹੀਦਾ। ਇਹਨੇ ਸਮਾਨ ਇਕੱਠਾ ਕਰ ਦਿੱਤਾ, ਸ਼ੁਰੂ ਕਰ ਦਿੱਤੀ ਅੱਗ ਬਾਲ ਕੇ ਆਪਣੇ ਮੰਤਰਾਂ ਦੇ ਪੜ੍ਹਨੇ ਸ਼ੁਰੂ ਕਰ ਦਿੱਤੇ। ਕਹਿੰਦੇ ਨੇ ਭਾਈ ਵੀਰ ਸਿੰਘ ਹੋਰਾਂ ਨੇ ਲਿਖਿਆ ਵੀ ਇਹ ਬ੍ਰਾਹਮਣ ਪਹਾੜਾਂ ਦੇ ਵਿੱਚ 9 ਮਹੀਨੇ ਇਹ ਹਵਨ ਕਰਦਾ ਰਿਹਾ, ਘਿਓ ਪਾਉਂਦਾ ਰਿਹਾ ਉਹਦੇ ਵਿੱਚ ਅੱਗ ਦੇ, ਮੰਤਰ ਪੜ੍ਹਦਾ ਰਿਹਾ, ਚੰਦਨ ਪਾਉਂਦਾ ਰਿਹਾ, ਜੋ ਜੋ ਇਹਨੇ ਮੰਗਾਇਆ ਸੀ ਉਹ ਦਿੱਤਾ। ਤੇ ਸਤਿਗੁਰੂ ਨੂੰ ਤੇ ਪਤਾ ਸੀ ਵੀ ਇਹਨਾਂ ਹਵਨਾਂ ਦੇ ਨਾਲ ਜੇ ਕੁਝ ਗੱਲ ਸਿਰੇ ਲੱਗਣੀ ਹੁੰਦੀ ਤਾਂ ਇਹ ਗੁਲਾਮ ਕਿਉਂ ਹੁੰਦਾ ਹਿੰਦੁਸਤਾਨ। ਉਹ ਕਹਿੰਦੇ ਨੇ ਵੀ ਇਹ 9-10 ਮਹੀਨੇ ਲਗਾ ਰਿਹਾ, 9-10 ਮਹੀਨੇ, ਤੇ ਗੁਰੂ ਸਾਹਿਬ ਇਹਨੂੰ ਸਾਰਾ ਕੁਝ ਦਿੰਦੇ ਰਹੇ ਪਰ ਆਪ ਦੂਜੇ ਪਾਸੇ ਇਕਾਂਤ ਵਿੱਚ ਬਹਿ ਕੇ ਸਿਮਰਨ ਵਿੱਚ ਟਿਕ ਕੇ ਖਾਲਸੇ ਨੂੰ ਸਾਜਣ ਦੀ ਤਿਆਰੀ ਕਰਦੇ ਰਹੇ, ਕਿਉਂਕਿ ਉਹਦੇ ਤੋਂ ਬਾਅਦ ਖਾਲਸਾ ਸਾਜਿਆ ਸੀ ਕਲਗੀਧਰ ਪਾਤਸ਼ਾਹ। ਇੱਥੋਂ ਹੀ ਭੁਲੇਖਾ ਪਿਆ ਵੀ ਇਹ ਜਿਹੜੀ ਤਲਵਾਰ ਸੀ ਨਾ ਇਹ ਦੇਵੀ ਨੇ ਦਿੱਤੀ ਸੀ। ਗੁਰੂ ਸਾਹਿਬ ਇੱਕ ਪਾਸੇ ਖਾਲਸੇ ਨੂੰ ਸਾਜਣ ਦੀ ਤਿਆਰੀ ਕਰਦੇ ਰਹੇ ਤੇ ਨਾਲ ਪੰਡਿਤ ਨੂੰ ਕਿਹਾ ਵੀ ਤੂੰ ਹੀ ਕਰ ਲੈ ਆਪਣਾ ਹਵਨ, ਨਾਲੇ ਇਹਨਾਂ ਦਾ ਭੁਲੇਖਾ ਨਿਕਲ ਜਾਏਗਾ ਜਿਹੜੇ ਲੋਕ ਕਹਿੰਦੇ। ਜਦੋਂ 9-10 ਮਹੀਨੇ ਲੰਘ ਗਏ ਨਾ ਤੇ ਹਜ਼ੂਰ ਕਹਿੰਦੇ ਵੀ ਪੰਡਿਤ ਆਇਆ ਨਹੀਂ, ਦੱਸਿਆ ਨਹੀਂ ਤੇ ਦੇਵੀ ਪ੍ਰਗਟ ਨਹੀਂ ਹੋਈ। ਆਪ ਚਲੇ ਗਏ ਤੇ ਪੰਡਿਤ ਜੀ ਅਜੇ ਵੀ ਹਵਨ ਤੇ ਬੈਠੇ ਸੀ। ਹਜ਼ੂਰ ਨੂੰ ਵੇਖ ਕੇ ਉੱਠ ਕੇ ਖੜੇ ਹੋ ਗਏ। ਸਤਿਗੁਰੂ ਨੇ ਕਿਹਾ ਪੰਡਿਤ ਜੀ ਕੀ ਗੱਲ, ਇੰਨਾ ਟਾਈਮ, ਇੰਨੇ ਮਹੀਨਿਆਂ ਵਿੱਚ ਅਜੇ ਤੱਕ ਤੇਰੀ ਦੇਵੀ ਪ੍ਰਗਟ ਨਹੀਂ ਹੋਈ, ਹੁਣ ਦੱਸ ਤੇਰੀ ਕੀ ਸਲਾਹ ਹੈ। ਤੇ ਗੁਰੂ ਸਾਹਿਬ ਦੇ ਸੁਭਾਅ ਤੋਂ ਸਾਰੇ ਜਾਣੂ ਸਨ ਕਿ ਉਹ ਬਹੁਤਾ ਲੰਬਾ ਦੇਰ ਨਹੀਂ ਲਾਉਂਦੇ ਸਾਫ ਕਰਨ ਲਈ। ਉਹਨੇ ਕਿਹਾ ਵੀ ਪਰ ਫਿਰ ਵੀ ਪੰਡਿਤ ਪੜ੍ਹਿਆ ਲਿਖਿਆ ਹੁੰਦਾ, ਹਰ ਇੱਕ ਬੰਦੇ ਨੂੰ ਚਾਰ ਗਈ ਕੌਮ, ਹਰ ਇੱਕ ਬੰਦੇ। ਉਹਨੇ ਸੋਚਿਆ ਵੀ ਗੁਰੂ ਸਾਹਿਬ ਨੂੰ ਹੁਣ ਕੋਈ ਤਰੀਕਾ ਲੱਭ ਕੇ ਇਹਨਾਂ ਦੇ ਹੱਥੋਂ ਛੁੱਟੀਆਂ ਤੇ ਸਹੀ, ਕਿਤੇ ਹਵਨ ਵਿੱਚ ਮੈਨੂੰ ਨਾ ਸਿੱਟਿਆ ਹੋਵੇ ਚਾਰ ਟੋਟੇ ਕਰ। ਕਹਿਣ ਲੱਗਾ ਕਿ ਦੇਵੀ ਨਾਰਾਜ਼ ਬਹੁਤ ਹੋ ਗਈ ਕਿਉਂਕਿ ਬੜਾ ਚਿਰ ਹੋ ਗਿਆ ਉਹਦੀ ਕਦੀ ਕਿਸੇ ਪੂਜਾ ਨਹੀਂ ਕੀਤੀ, ਨਾਰਾਜ਼ ਬਹੁਤ ਹੈ। ਕਹਿੰਦੇ ਫਿਰ ਕੀ ਕਰਨਾ ਚਾਹੀਦਾ? ਕਹਿੰਦੇ ਬਲੀ ਮੰਗਦੀ ਕਿਸੇ ਸਰੀਰ ਦੀ, ਤੇ ਸਰੀਰ ਵੀ ਹੋਵੇ ਬ੍ਰਹਮਚਾਰੀ, ਬ੍ਰਹਮਚਾਰੀ ਹੋਵੇ, ਗ੍ਰਿਸਤੀ ਨਾ ਹੋਵੇ। ਸਤਿਗੁਰੂ ਨੇ ਕਿਹਾ ਫਿਰ ਉਹ ਕਿਵੇਂ ਕਰੀਏ, ਪ੍ਰਬੰਧ ਕਰੀਏ? ਕਹਿੰਦੇ ਹਾਂ। ਕਹਿੰਦੇ ਜੇ ਬਾਬਾ ਅਜੀਤ ਸਿੰਘ ਦੀ ਬਲੀ ਦੇ ਦੇ, ਵੇਖੋ ਇਸ ਥਾਂ ਤੇ ਉਹਨੇ ਸੂਈ ਰੱਖੀ ਵੀ ਆਪਣੇ ਆਪ ਕਹਿ ਦੇਣਗੇ ਵੀ ਨਹੀਂ, ਉਹ ਨਹੀਂ ਮੈਂ ਦੇ ਸਕਦਾ, ਵੱਡਾ ਪੁੱਤਰ ਹੈ। ਤੇ ਜਦੋਂ ਕਹਿਣਗੇ ਨਹੀਂ, ਮੈਂ ਕਹਾਂਗਾ ਵੀ ਸ਼ਰਤ ਨਹੀਂ ਪੂਰੀ ਹੋਈ, ਇਸ ਕਰਕੇ ਮੇਰੀ ਜਾਨ ਛੁੱਟ ਜਾਏਗੀ। ਕਹਿਣ ਲੱਗਾ ਵੀ ਇਹ ਹੋ ਸਕਦਾ। ਸਤਿਗੁਰੂ ਉਸ ਬ੍ਰਾਹਮਣ ਦੀ ਚਾਲ ਸਮਝ ਗਏ। ਕਹਿਣ ਲੱਗੇ ਪੰਡਿਤ ਜੀ, ਇਹ ਸਿਆਣਿਆਂ ਦਾ ਤਜਰਬਾ ਹੈ ਵੀ ਜਦੋਂ ਬੰਦਾ 4-5-6 ਮਹੀਨੇ ਘਰੋਂ ਬਾਹਰ ਰਹੇ ਤੇ ਨਾਲੇ ਮੰਤਰ ਪੜ੍ਹਦੇ ਰਹੋ, ਤੁਸੀਂ ਤੁਹਾਡੇ ਜਿੰਨਾ ਪਵਿੱਤਰ ਕੌਣ ਹੈ? ਤੁਹਾਡੇ ਤੋਂ ਪਵਿੱਤਰ ਹੋਰ ਕੋਈ ਵੀ ਨਹੀਂ ਹੋਣਾ, ਕਿਉਂਕਿ ਬਾਬਾ ਅਜੀਤ ਸਿੰਘ ਤੇ ਅਜੇ ਵੀ ਘਰ ਰਹਿੰਦਾ, ਉਹਨੇ ਕਿਹੜਾ ਤੁਹਾਡੇ ਜਿੰਨੇ ਮੰਤਰ ਪੜ੍ਹੇ? ਤੁਸੀਂ ਤੇ 9 ਮਹੀਨਿਆਂ ਤੋਂ ਇੰਨੇ ਮੰਤਰ, ਇੰਨਾ ਹਵਨ, ਪਵਿੱਤਰ ਹਵਾ ਦੇ ਵਿੱਚ ਬੈਠੇ ਹੋ, ਜਿੰਨਾ ਤੁਹਾਡਾ ਪਵਿੱਤਰ ਸਰੀਰ ਹੈ ਇਸ ਟਾਈਮ ਹਿੰਦੁਸਤਾਨ ਵਿੱਚ ਕਿਸੇ ਬੰਦੇ ਦਾ ਨਹੀਂ ਹੋਣਾ। ਇਸ ਕਰਕੇ ਮੌਕਾ ਹੈ ਬਹੁਤ ਵੱਡਾ, ਤੁਸੀਂ ਦੇਸ਼ ਦੀ ਸੇਵਾ ਕਰੋ। ਤੇ ਜੇ ਕਹਿੰਦੇ ਹੋ ਤੇ ਇਹ ਜਿਹੜਾ ਕੰਮ ਮੈਂ ਕਰ ਦਿੰਦਾ। ਪਰ ਵੇਖੋ ਪੰਡਿਤ ਕਿੰਨਾ ਸਿਆਣਾ, ਇਹਦੀ ਤਰੀਕਾ ਹੈ ਇਹਨਾਂ ਕੋਲ। ਉਹਨੇ ਸੋਚਿਆ ਵੀ ਹੁਣ ਰਾਹ ਨਹੀਂ ਕੋਈ ਨਿਕਲਣ ਵਾਲਾ। ਕਹਿਣ ਲੱਗਾ ਮਹਾਰਾਜ ਗੱਲ ਤੇ ਠੀਕ ਹੈ, ਪਰ ਹੁਣ ਗੱਲ ਇਹ ਹੈ ਵੀ ਜਦੋਂ ਬਲੀ ਦੇਣੀ ਬੰਦਾ ਨਹਾਤਾ ਧੋਤਾ ਧੋਣਾ ਚਾਹੀਦਾ, ਇਸ ਲਈ ਮੈਂ ਚਲੋ ਬਲੀ ਤਾਂ ਤੁਸੀਂ ਮੇਰੀ ਦੇ ਹੀ ਦੇਣੀ, ਹੁਣ ਮੈਂ ਥੋੜਾ ਜਿਹਾ ਇਸ਼ਨਾਨ ਪਾਣੀ ਕਰਿਆ ਆਦਿ ਕਰਕੇ ਆਵਾਂ, ਫਿਰ ਤੁਸੀਂ ਹਜ਼ੂਰ ਕਹਿੰਦੇ ਜਾਓ, ਕੋਈ ਗੱਲ ਨਹੀਂ, ਇਸ਼ਨਾਨ ਕਰਕੇ ਆਓ। ਕਹਿੰਦੇ ਨੇ ਪੰਡਿਤ ਉਧਰ ਦਾ ਇਸ਼ਨਾਨ ਕਰਨ ਗਿਆ, ਅਜੇ ਤੱਕ ਵਾਪਸ ਨਹੀਂ ਆਇਆ। ਜਦੋਂ ਨਹੀਂ ਆਇਆ ਤੇ ਸਤਿਗੁਰੂ ਨੇ ਜਿਹੜਾ ਹੋਰ ਘਿਓ ਚੰਦਨ ਨੇ ਬੜਾ ਕੁਝ ਪਿਆ ਸੀ ਇੱਕੋ ਦਮ ਚੁੱਕ ਕੇ ਵਗਾਇਆ ਉਹਦੇ ਵਿੱਚ, ਤੇ ਰਾਤ ਸੀ, ਸ਼ਾਮ ਸੀ,
पहाड़ के कुछ थां से आले दुआले पिंड ने वो जो एकदम घ्यो पिया ना तुम पता एकदम घ्यो जब तेल पाओ अग में अग बहुत उची जाती एकदम जो तेज अग निकली ना डाटा तो सतगुरु ने तलवार कट के फड़ ली कहते आ देवी है ये देवी प्रगट हो गई किन्ने जाती गोली तलवार फड़ के गुरु साहब ने फड़ी तो दूर दूर तक सतगुरु की तस्वीर दसी दिसी भी तलवार फड़ के खड़े ने लोगों के पंडित ने जाके घुमा दिता भी देवी प्रगट हो गई उन्हें कृपान दी गुरु गोबिंद सिंह तरीका ये छेती साध संगत जी बड़े दिमाग के इन्हों दाढ़ा ने इन्हों तो बड़ी मुश्किल न सतगुरु ने वो तलवार कढ़ी और सामने कहा भी आ है शक्ति सतगुरु ने बाहर दिती ताकत तलवार दी ते अंदर दिती नाम दी जदों दो चीजां कठियां हो जाणगियां सिख ते सिंह कठा हो जाए आ तुसी नमस्कार भी करदे हो गुरु साहिब दे अगे मेरे ख्याल विच सारे थावां ते ए दो चीजां तुसी कठियां वेखोगे गुरु ग्रंथ साहिब जी दा प्रकाश ते अगे शस्त्र जरूरी है शुरू तो लैके अज नहीं कलगीधर पातशाह ने एक थां ते अपने बराबर शस्त्रां नूं टिका के अपने बराबर चौर साहब कराया से सिखां तो भी चौर करो शस्त्रां दे उत्ते एक गुरु दे बराबर अस किरपान खंडो खड़ग तुपक तबर अरतीर साहब श्रो की सह थी यह हमारे पीर शस्त्रां नूं पीर कहा गुरु कहा ते सतगुरु ने ये दो चीजा क्योंकि सिख का संबंध ते बाणी नाल उन्हें ते गुरु ग्रंथ साहिब नूं मत्था टेकना सिख अंदर है सिख का मतलब जेड़ा सवेरे नितनेम करके आया जिन्हें सेवा कीती सिमरन कीता पर सिंह किनूं मत्था टेके सिंह किनूं नमस्कार करे सिंह शस्त्र नूं नमस्कार करता है उन्हूं शस्त्र चाहिए और ये दो चीजां प्रतीक ने जिस दिन कलगीधर पातशाह दे उत्ते हजूर साहिब दी धरती दे उत्ते वार कीता गया सी कटार दे नाल ते सतगुरु जख्मी हो गए मुड़ के उन्हां दा जख्म छी दिता गया हुण पिछे जी इक सज्जन गया सी पाकिस्तान नूं पूरी तरह ते नहीं कि क्यों उह तसल्ली बख्श दे सकिया पर उन्हां ने मैनूं इक गल कही सी बई मैं उस डॉक्टर दी जिन्हें गुरु साहिब दा जख्म छीता सी उहदी हथ लिखत वेखी इक थां पाकिस्तान क्योंकि ये जेड़ा ये डॉक्टर सी अंग्रेज सी बहादुर शाह उदो बादशाह सी ते तरंगियां ते आम तौर ते डॉक्टर रखदे सी क्योंकि ये जेड़ा चीर फाड़ वाला विषय सारा पहला इधर शुरू है पश्चिमी देशां विच उहदी थोड़ी जिही रिपोर्ट उत्ते पढ़ी उन्होंने और वो लिखता है कहिंदा वी जदों मैं गुरु साहिब दे जख्म छीते मैं इस तरह का किसी शरीर का मास नहीं देखा जिवें दा गुरु गोबिंद सिंह जी दा जदों कहिंदे मैं हाथ लाउंदा सी विचों तिरन हट्टां छिड़दियां सन दातां विच सतगुरु दा जदों उहने जख्म छीता कहिंदे उहदे विच इंज हाथ लाउण दे विच इक विशेष स्वाद आउंदा सी रस आउंदा उस शरीर दे विच इह उहदी अपनी लिख इत्थे सतगुरां ने जदों कलगीधर पातशाह ते दो पठाणा ने जदों वार कीता जख्म हो गया जख्म छीता गया ये बच गया ठीक हो गया पर जिवें जिवें वर्तना हुंदा है एक दिन एक किसी सज्जन ने आके प्रेमी ने सतगुरां नूं एक बहुत वड्डी कमान भेट की जदों कमान दित्ती ते गुरु के सवारियो सतगुरां ने अगे रख दित्ती भारी बड़ी सी ते सतगुरां दा शरीर अजे पूरी तरह जख्म ठीक नहीं सी होया उह कोल पई सी ते दो राजे राजस्थान दे नमस्कार करन आए नमस्कार करके ओ थोड़े जे हस पए गुरु साहिब दा शरीर वेख के ते ओ जिहड़ी कमान बहुत भारी सी लंबी सी हसे तां मखौल वजों बई इह एडी वड्डी कमान सतगुरु किवें चलांदे होण क्योंकि इहनां दा शरीर ते बिलकुल थोड़ा है जदों इस तरह गया मन विच सोचिया ते सतगुरु ने वेख लिया कहिंदे भाई की गल तुहाडे चेहरे ते कोई हासा है कोई कहना चाहते हो कहिंदे हाँ इह जिहड़ा शस्त्र है इह विखाउण वास्ते रख्या जे कि चलाउंदे भी हो सतगुरु ने कहा भी साडे घर विच विखाउण वास्ते कुछ नहीं सारा कुछ चलाउण वास्ते हुंदा है ओह अंदरों जाग कोई गल
चुकी कमान तीर चुकया सिंघां दे कहण दे बावजूद भी सतगुरु ने उहदा चिल्ला चढ़ाया। चिल्ले का मतलब हुंदा है कमान नू फड़ के इक पासे सिधा कर देना ते तंदी ते तीर चढ़ा के कन्न तक लै आउणा। उह आम तीर अंदाज तों पूरा नहीं चढ़ सकदा, चला तां सारे लैंदे ने। ਉਹ ਚੜਾਇਆ ਤੇ ਜਦੋਂ ਛੱਡਿਆ ਨਾ ਉਹਨੂੰ ਤੀਰ ਨੂੰ, ਜਦੋਂ ਤੀਰ ਛੱਡਿਆ ਜਾਂਦਾ ਸਰੀਰ ਦੇ ਵਿੱਚ ਝਟਕਾ ਪੈਂਦਾ ਬਹੁਤ ਤੇਜ਼। ਉਸ ਝਟਕੇ ਦੇ ਨਾਲ ਉਹ ਜਿਹੜੇ ਜਖਮ ਸਨ ਖੁੱਲੇ। ਉਹਦੇ ਤੋਂ ਬਾਅਦ ਸਤਿਗੁਰੂ ਨੇ ਆਪਣਾ ਸਰੀਰ ਸਮੇਟਿਆ। ਕਹਿਣ ਤੋਂ ਭਾਵ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ, ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਵਿੱਚ ਇਹ ਵਿਸ਼ੇਸ਼ਤਾ ਰਹੀ ਹੈ ਕਿ ਉਹਨਾਂ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਨੇ। ਕਹਿੰਦੇ ਅੰਦਰੋਂ ਵੀ ਮੰਗ, ਗੁਰੂ ਕੋਲੋਂ ਇਕੱਲਾ ਬਾਹਰਲੀਆਂ ਚੀਜ਼ਾਂ ਮੰਗ ਕੇ ਨਾ ਮੁੜ ਜੀ। ਗੁਰੂ ਕੋਲ ਸਭ ਤੋਂ ਵੱਡੀ ਦਾਤ ਹੈ ਗੁਰਸਿੱਖੀ, ਗੁਰਸਿੱਖੀ ਦਾ ਪਿਆਰ, ਇਹ ਮੰਗ ਤਾਂ ਕਿ ਤੇਰਾ ਲੋਕ ਪਰਲੋਕ ਸੁਹੇਲਾ ਹੋ ਸਕੇ। ਇਕੱਲਾ ਸੰਸਾਰ ਮੰਗਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨਹੀਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਹੀਂ। ਇਸ ਕਰਕੇ ਇਸ ਗੱਲ ਤੋਂ ਜਿਸ ਵਿਸ਼ੇ ਤੇ ਮੈਂ ਬੇਨਤੀ ਕੀਤੀ ਸੀ, ਕਹਿਆ ਕਰਨਾ ਦਿੱਤਾ ਲੈਣਾ। ਗੁਰੂ ਘਰ ਦੇ ਵਿੱਚ ਚੀਜ਼ਾਂ ਤੇ ਬਹੁਤ ਨੇ, ਪਰ ਸਾਡੀ ਝੋਲੀ ਉਸ ਤਰ੍ਹਾਂ ਦੀ ਹੋਵੇਗੀ ਤਾਂ ਅਸੀਂ ਉਹਦੇ ਵਿੱਚੋਂ ਕੁਝ ਨਾ ਕੁਝ ਲੈ ਸਕਾਂਗੇ। ਸਤਿਗੁਰੂ ਦੇ ਘਰ ਵਿੱਚ ਬਹੁਤ ਵੱਡੀਆਂ ਦਾਤਾਂ ਨੇ, ਪਰ ਜੋ ਸਾਡੇ ਕੋਲ ਜਿੰਨੀ ਸਮਰੱਥ ਹੈ ਉਸ ਹਿਸਾਬ ਨਾਲ ਅਰਦਾਸ ਕਰੀਏ। ਸਤਿਗੁਰ ਬਖਸ਼ਾ ਕਰ, ਆਪਣੇ ਦਰਕਾਂ ਦੀ ਪ੍ਰੀਤ ਬਖਸ਼ਿਸ਼ ਕਰ। ਸੋ ਸਾਰੀਆਂ ਸੰਗਤਾਂ ਦਾ, ਗੁਰੂ ਪਿਆਰਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਲਾ ਚੁੱਕਾਂ ਦੀ ਆਪ ਜੀ ਨੂੰ ਜਮ੍ਹਾਂ ਕਰਨੀ ਜੀ, ਫਤਿਹ ਦੀ ਸਾਂਝ ਕਰੋ ਸਾਰਿਆਂ ਦਾ। ਗੁਰੂ ਕੇ ਵਜੀਬ ਭਾਈ ਸਰਵਣ ਸਿੰਘ ਹੋਈ ਬੜਾ ਪਿਆਰ ਵਾਲੇ, ਔਰ ਭਾਈ ਦਿਲਾਲ ਸਿੰਘ ਜਿਹਨਾਂ ਨੇ ਇੰਨੇ ਦਿਨ ਬਹੁਤ ਪਿਆਰ ਸਤਿਕਾਰ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਗੁਰੂ ਕੇ ਪਿਆਰ ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।